ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੌਂਪ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੋਮ ਆਟੋ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਖਿੰਡਾ ਪਰਿਵਾਰ, ਕੈਂਟ, ਵਾਸ਼ਿੰਗਟਨ। ਗੁਰਪਾਲ ਸਿੰਘ ਸੰਧੂ, ਐਂਟੀਲੋਪ, ਗੁਰਪਾਲ, ਹਰਪ੍ਰੀਤ ਤੂਰ, ਕਰਮਪਾਲ ਸਿੰਘ, ਜਸਜੀਤ ਕੌਰ ਗਰੇਵਾਲ, ਸਰਬਜੀਤ ਸਿੰਘ, ਗੁਰਜੋਤ ਗਿੱਲ, ਕਲੋਵਿਸ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ ਬੇਕਰਸਫੀਲਡ, ਅਤੇ ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿਮਾ ਸਹੋਤਾ 209-277-0113 ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਨ੍ਹਾਂ ਦੇ ਕੋਲੋਂ ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ, ਵਧੀਆ ਸਿਖਲਾਈ ਦਿੰਦੇ ਨੇ ਘੱਟ ਸਮੇਂ ਦੇ ਵਿੱਚ। ਹੋਰ ਜਾਣਕਾਰੀ ਦੇ ਲਈ ਕਾਲ ਅਜੀਤ ਅਟਵਾਲ 559-374-4541 ਦੇ 'ਤੇ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟ ਜੀ ਆਪਾਂ ਕਰਦੇ ਹਾਂ ਸ਼ੁਰੂ। ਕਹਿੰਦੇ ਦਾਗੀਆਂ ਦੀ ਤਾਦਾਦ ਸੰਸਦ ਦੇ ਵਿੱਚ ਅੱਗੇ ਨਾਲੋਂ ਹੋਰ ਵਧੀ। ਮੈਨੂੰ ਲੱਗਦਾ ਦਾਗ ਸਮਾਨ ਹੈ ਜਿਹੜਾ ਟੋਕਰੀ ਚੋਂ ਬਾਹਰ ਹੀ ਹੋ ਜਾਣਾ, ਇਕੱਲਾ ਦਾਗੀ ਮਾਲ ਹੀ ਰਹਿ ਜਾਊਗਾ ਸੰਸਦ ਦੇ ਵਿੱਚ ਜੇ ਇਸ ਤਰ੍ਹਾਂ ਹੀ ਤਾਦਾਦ ਵਧਦੀ ਗਈ ਤਾਂ। ਖੈਰ ਐਤਕੀ ਤੇ ਲੱਲਰ ਹੀ ਲਾ ਦਿੱਤੇ ਆ, ਐਤਕੀ ਤੇ ਕਮਾਲ ਹੀ ਹੋ ਗਈ ਆ। ਵੈਸੇ ਸਭ ਤੋਂ ਵੱਡਾ ਅੰਕੜਾ ਸਾਹਮਣੇ ਆਇਆ, ਕਿਉਂਕਿ ਅੰਕੜੇ ਆ ਹੁਣ ਨਿਕਲਣਗੇ ਬਾਹਰ, ਜਿੱਦਾਂ ਜਿੱਦਾਂ ਪੜਚੋਲ ਹੋਊਗੀ, ਜਿੱਦਾਂ ਜਿੱਦਾਂ ਪੰਨੇ ਪਲਟ ਕੇ ਵੇਖੇ ਜਾਣਗੇ ਕਿ ਚੰਨ ਕਿੱਧਰੋਂ ਕਿੱਧਰੋਂ ਚੜੇ ਆ, ਤਾਂ ਉਹ ਤੋਂ ਬਾਅਦ ਫਿਰ ਅਸਲ ਤਸਵੀਰ ਜਿਹੜੀ ਆ ਨਿਕਲਣੀ ਸ਼ੁਰੂ ਹੋਊਗੀ। ਬਹਿਰਹਾਲ ਜਿਹੜੀ ਹੁਣ ਤੱਕ ਦੀ ਤਸਵੀਰ ਨਿਕਲੀ ਆ ਉਹਦੇ ਵਿੱਚ ਤੁਲਨਾਤਮਕ ਤੌਰ ਤੇ ਜੇ ਵੇਖੋਗੇ ਕਿ 2009 ਵਾਲੀ ਜਿਹੜੀ 15ਵੀਂ ਲੋਕ ਸਭਾ ਸੀਗੀ ਤੇ 2014 ਵਾਲੀ ਜਿਹੜੀ 16ਵੀਂ ਸੀਗੀ ਲੋਕ ਸਭਾ, ਉਹ ਤੋਂ ਕਿਤੇ ਜ਼ਿਆਦਾ ਗਿਣਤੀ ਹੈ ਦਾਗੀਆਂ ਦੀ 17ਵੀਂ ਲੋਕ ਸਭਾ, ਯਾਨੀ ਜਿਹੜੀ 2019 ਦੇ ਵਿੱਚ ਗਠਿਤ ਹੋਈ ਆ ਜੀ। ਹੁਣ ਇਸ ਮਾਮਲੇ ਦੇ ਵਿੱਚ ਤੁਲਨਾਤਮਕ ਪਹਿਲੂ ਇਹ ਆ ਕਿ 2009 ਦੇ ਵਿੱਚ 162 ਸਨ, ਯਾਨੀ ਕੁੱਲ ਜੇ ਆਪਾਂ ਮੰਨੀਏ ਜਿੰਨੀ ਤਾਦਾਦ ਆ ਮੈਂਬਰ ਪਾਰਲੀਮੈਂਟ ਦੀ, ਤਾਂ ਉਹਦਾ 14% ਸੀਗਾ। ਤੇ ਜੇ ਅਗਾਂਹ ਆ ਕੇ ਆਪਾਂ 2014 ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਸੀਗਾ ਕਿ ਕੁੱਲ ਦੀ ਯਾਨੀ 185 ਸੀਗੇ ਜਿਹੜੇ, ਤਾਂ 21% ਬਣ ਜਾਂਦੇ ਆ ਬਾਕੀ। ਫਿਰ ਇਸ ਤੋਂ ਇਲਾਵਾ ਇਸ ਟਾਈਮ ਜਿਹੜੀ ਤਾਦਾਦ ਆ ਉਹ ਤੇ ਹੁਣ 43% ਹੋ ਗਈ। ਸੋਰੀ, ਪਹਿਲੇ ਚ 2009 ਚ 30%, ਦੂਸਰੇ ਚ 34% ਤੇ ਹੁਣ 43% ਕੁੱਲ ਵੀ। ਤਾਂ ਜਿਹੜੀ ਤਾਦਾਦ ਹੈਗੀ ਆ ਨਾ ਬਿਲਕੁਲ ਗੰਭੀਰ ਅਪਰਾਧਾਂ ਲਈ, ਜਦੋਂ ਆਪਾਂ ਕਹਿ ਦਿੰਦੇ ਕਿ ਸੀਰੀਅਸ ਕ੍ਰਾਈਮ, ਤਾਂ ਗੰਭੀਰ ਅਪਰਾਧ ਸੀਗੇ ਜਿਹੜੇ ਉਹ 2009 ਦੇ ਵਿੱਚ 76 MP ਤੇ ਸੀਗੇ। ਗੰਭੀਰ ਅਪਰਾਧ ਦੀ ਵੈਸੇ ਸ਼੍ਰੇਣੀ ਜਿਹੜੀ ਆ ਉਹ ਆਪਾਂ ਆਮ ਤੌਰ ਤੇ ਪ੍ਰਭਾਸ਼ਿਤ ਕਰ ਹੀ ਲੈਂਦੇ ਹਾਂ, ਜਿਹਨਾਂ ਤੇ ਰੇਪ ਕੇਸ ਵਾ ਜਾਂ ਜਿਹਨਾਂ ਤੇ ਹੱਤਿਆ ਦਾ ਕੋਈ ਕੇਸ ਆ, ਇਸ ਤਰ੍ਹਾਂ ਦੇ ਜਿਹੜੇ ਮਾਮਲੇ ਆ, ਤਾਂ ਉਹ 76 ਤੇ ਸੀਗੇ 2009 ਦੇ ਵਿੱਚ। ਫੇਰ ਜੇ ਇਹ ਤਾਦਾਦ ਦੇਖੀਏ 2014 ਦੇ ਵਿੱਚ ਤੇ ਵੱਧ ਕੇ ਹੋ ਜਾਂਦੀ ਆ 112, ਜਿਹਨਾਂ ਤੇ ਗੰਭੀਰ ਮੁਕੱਦਮੇ ਸੀਗੇ। ਅੱਜ ਦੀ ਤਾਰੀਕ ਦੇ ਵਿੱਚ ਇਹਨਾਂ ਦੀ ਤਾਦਾਦ ਜਿਹੜੀ ਆ 112 ਤੋਂ ਵੱਧ ਕੇ 2019 ਵਾਲੀ ਲੋਕ ਸਭਾ ਦੇ ਵਿੱਚ ਹੋ ਜਾਂਦੀ ਆ 159, ਯਾਨੀ ਜਿਹੜੇ ਤੱਕੜੇ ਕੇਸ ਆ ਉਹ ਇਸ ਵੇਲੇ ਇੰਨੇ ਜ਼ਿਆਦਾ ਆ MP ਦੇ ਕੇ 29% ਬਣਦਾ ਕੁੱਲ ਜਿੰਨੇ ਮੈਂਬਰ ਪਾਰਲੀਮੈਂਟ ਜੀ। ਤਾਂ ਇਹ ਨਿਕਲ ਕੇ ਆਉਂਦਾ ਪਿਆ, ਵੇਖ ਲਓ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਦਾ ਇੱਕ ਤੱਥ ਜਿਹਦੇ ਵਿੱਚ ਸਾਰਾ ਕੁਛ ਲਪੇਟਿਆ ਜਾਂਦਾ, ਸਾਡਾ ਸਮੁੱਚਾ ਸਿਆਸੀ ਚੌਕਟ ਹੈ ਜਿਹੜਾ ਜਿਹਦੇ ਵਿੱਚ ਆ ਜਾਂਦਾ ਕਿ ਇਸ ਸਮੇਂ ਸਾਡੀ ਭਾਰਤੀ ਰਾਜਨੀਤੀ ਦੀ ਦੁਰਦਸ਼ਾ ਕੀ ਆ। ਇਹਦੇ ਵਿੱਚ ਕੁਛ ਇਹੋ ਜਿਹੇ ਵੀ ਸਾਂਸਦ ਆ ਜਿਹਨਾਂ ਦੇ ਉੱਤੇ ਹੱਤਿਆ ਤੋਂ ਇਲਾਵਾ ਕਿਡਨੈਪਿੰਗ ਦੇ, ਬਲਾਤਕਾਰ ਦੇ, ਔਰਤਾਂ ਵਿਰੁੱਧ ਜੁਰਮ ਕਰਨ ਦੇ, ਇਸ ਤਰ੍ਹਾਂ ਦੇ ਵੀ ਗੰਭੀਰ ਅਪਰਾਧ ਨੇ। ਤੇ ਜੇ ਗਿਣਤੀ ਕਰੀਏ ਆਪਾਂ ਪੜ੍ਹੇ ਲਿਖਿਆਂ ਦੀ ਤੇ ਇਹਦੇ ਵਿੱਚ ਐਤਕੀ ਪੜ੍ਹੇ ਲਿਖਿਆਂ ਦੀ ਤਾਦਾਦ ਵੈਸੇ ਅੱਛੀ ਕਾਫੀ ਆ, ਜਿੱਦਾਂ 392 ਇਸ ਤਰ੍ਹਾਂ ਦੇ ਆ ਜਿਹਨਾਂ ਨੇ ਗ੍ਰੈਜੂਏਸ਼ਨ ਕੀਤੀ ਆ ਜਾਂ ਉਹ ਤੋਂ ਬਾਹਰ ਆ। ਇੱਕ ਮੈਂਬਰ ਪਾਰਲੀਮੈਂਟ ਹੈ ਜਿਹੜਾ ਬਿਲਕੁਲ ਅੰਗੂਠਾ ਛਾਪ ਆ, 128 ਇਸ ਤਰ੍ਹਾਂ ਦੇ ਆ ਜਿਹੜੇ 5ਵੀਂ ਤੋਂ ਲੈ ਕੇ 12ਵੀਂ ਤੱਕ ਪੜ੍ਹੇ ਆ। ਸੋ ਪੜ੍ਹਾਈ ਲਿਖਾਈ ਦੇ ਮਾਮਲੇ ਚ ਤੇ ਠੀਕ ਆ, ਪਰ ਦਾਗੀਆਂ ਦੇ ਮਾਮਲੇ ਦੇ ਵਿੱਚ ਇਹ ਸੰਸਦ ਜਿਹੜੀ ਆ ਉਹ ਰਿਕਾਰਡ ਤੋੜਦੀ ਪਈ ਆ। ਖੈਰ ਜਿਹੜੀ ਚੀਜ਼ ਮਹੱਤਵਪੂਰਨ ਹੈ, ਜਿਹਦੀ ਮੈਂ ਅੱਗੇ ਵੀ ਇੱਕ ਦਿਨ ਚੱਲਦੇ ਪ੍ਰੋਗਰਾਮ ਚ ਗੱਲ ਕੀਤੀ ਸੀ, ਉਹ ਵੇਖਣ ਵਾਲੀ ਆ ਕਿ ਇਸ ਵਾਰੀ ਜਿਹੜੇ ਦਾਗੀ ਸੀਗੇ ਉਹਨਾਂ ਦੀ ਜਿੱਤਣ ਦੀ ਦਰ ਜਿਹੜੀ ਆ ਉਹ ਰਹੀ ਆ
15.5% ਯਾਨੀ 15.5% ਤੇ ਜਿਹੜੇ ਸਾਫ ਸੁਥਰੀ ਰਾਜਨੀਤੀ ਵਾਲੇ ਸੀਗੇ ਜਿੱਦਾਂ ਡਾਕਟਰ ਧਰਮਵੀਰ ਗਾਂਧੀ ਨਿਖਲ ਇਸ ਤਰ੍ਹਾਂ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਜਿੱਤਣ ਦੀ ਜਿਹੜੀ ਫੀਸਦ ਰਹੀ ਆ ਉਹ ਮਹਿਜ 4.7% ਤਾਂ ਕਹਿਣਾ ਚਾਹੁੰਦੇ ਆ ਕਿ ਦਾਗੀ ਜਿਹੜੇ ਆ ਉਹ ਸਾਫ ਸੁਥਰੀ ਰਾਜਨੀਤੀ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਸੰਭਾਵਨਾ ਰੱਖਦੇ ਆ ਸੰਸਦ ਵਿੱਚ ਪਹੁੰਚਣ ਦੀ ਤਾਂ ਉਹੀ ਗੱਲ ਆ ਜਾਂਦੀ ਕਿ ਲੋਕ ਵੀ ਵੇਖ ਲੈਂਦੇ ਆ ਕਿ ਜਿੱਤਣਾ ਤੇ ਇਹੋ ਜਿਹੇ ਬੰਦੇ ਨੇ ਹਨਾ ਤਾਂ ਫਿਰ ਉਹ ਦੇਖ ਲੈਂਦੇ ਆ ਕਿ ਘੱਟ ਕਿਹੜਾ ਤੇ ਵੱਧ ਕਿਹੜਾ ਕਿਉਂਕਿ ਦੋ ਤਿੰਨ ਜਿਹੜੇ ਖੜੇ ਹੁੰਦੇ ਵੱਖ ਵੱਖ ਪਾਰਟੀਆਂ ਚੋਂ ਕਈ ਵਾਰੀ ਉਹ ਸਿਰੇ ਦੇ ਛੰਡੇ ਫੂਕੇ ਹੁੰਦੇ ਆ ਤਾਂ ਛੰਡੇ ਫੂਕਿਆਂ ਚ ਉਹਨਾਂ ਨੂੰ ਵੇਖਣਾ ਹੁੰਦਾ ਕਿ ਜਿੱਤਣ ਦੀ ਸੰਭਾਵਨਾ ਕਿੰਨਾ ਵੀ ਆ ਦੋ ਤਿੰਨਾਂ ਦੀ ਇਹਨਾਂ ਚੋਂ ਇੱਕ ਚੁਣ ਲੈਂਦੇ ਆ ਮਰਦਿਆਂ ਨੂੰ ਅੱਖ ਚੁੱਪਣੇ ਪੈਂਦੇ ਆ ਤਾਂ ਇਹ ਭਾਰਤੀ ਸੰਸਦ ਦਾ ਹਾਲ ਆ ਉਹ ਪ੍ਰਧਾਨ ਮੰਤਰੀ ਦੂਸਰੀ ਟਰਮ ਚ ਦਾਗੀਆਂ ਦੇ ਨਾਲ ਰਹੂਗਾ ਜਿਹਨੇ 2014 ਦੇ ਕੰਪੇਨ ਚ ਆਖਿਆ ਸੀਗਾ ਕਿ ਮੈਂ ਸੰਸਦ ਦੇ ਵਿੱਚ ਮੁੜ ਕੇ ਵੜੂੰਗਾ ਪਹਿਲਾਂ ਇਹ ਸੰਸਦ ਵਿਦਾ ਕਰੂੰਗਾ ਜੀ ਜੀ ਉਹ ਆਪ ਤਾਂ ਖੁਦ ਬੇਦਾਗ ਹੋ ਲੈਣ ਫਿਰ ਦੀਆਂ ਗੱਲਾਂ ਵੱਖਰੀਆਂ ਨੇ ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰਦੇ ਹਾਂ ਸੁਨੀਲ ਜਾਖੜ ਹਾਰ ਗਿਆ ਸੰਨੀ ਦਿਓਲ ਤੋਂ ਤੇ ਅਸਤੀਫਾ ਉਸਨੇ ਦੇ ਦਿੱਤਾ ਪਰ ਪ੍ਰਵਾਨ ਨਹੀਂ ਕਰ ਰਹੇ ਕਾਂਗਰਸ ਵਾਲੇ ਕਿਸੇ ਦਾ ਕਰਨਗੇ ਵੀ ਪ੍ਰਵਾਨ ਅਸਤੀਫਾ ਉਹਨੇ ਘੱਲਿਆ ਕਿਹਦੇ ਕੋਲੇ ਆਏ ਵੇਖਣ ਵਾਲੀ ਗੱਲ ਹੈ ਨਾ ਕਿਸੇ ਤੋਂ ਖੁਦ ਤੋਂ ਲੋਕੀ ਅਸਤੀਫਾ ਮੰਗੀ ਜਾਂਦੇ ਆ ਅਸਤੀਫਾ ਉਹਨੇ ਰਾਹੁਲ ਗਾਂਧੀ ਨੂੰ ਘੱਲਿਆ ਉਹ ਕਿਸੇ ਨੇ ਪੁੱਛਿਆ ਕਿ ਰਾਹੁਲ ਜੀ ਅਸਤੀਫਾ ਕਦੋਂ ਦੇਓਗੇ ਕਹਿੰਦਾ ਕਿ ਜਦੋਂ ਸਲਮਾਨ ਖਾਨ ਦੀ ਸ਼ਾਦੀ ਹੋਊਗੀ ਉਹਨੂੰ ਆਪਾਂ ਗਿਫਟ ਕਰਾਂਗੇ ਅਸਤੀਫਾ ਤੇ ਨਾ ਉਹ ਕਹਿੰਦੇ ਸਲਮਾਨ ਦੀ ਸ਼ਾਦੀ ਹੋਵੇ ਤੇ ਨਾ ਰਾਹੁਲ ਗਾਂਧੀ ਦਾ ਅਸਤੀਫਾ ਆਵੇ ਖੈਰ ਇਹੋ ਜਿਹੇ ਲਤੀਫੇ ਬਣਦੇ ਪਏ ਸੁਨੀਲ ਜਾਖੜ ਨੇ ਅਸਤੀਫਾ ਦਿੱਤਾ ਇਹਨੇ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੱਲਿਆ ਤੇ ਰਾਹੁਲ ਗਾਂਧੀ ਨੂੰ ਵੀ ਅਸਤੀਫਾ ਘੱਲਿਆ ਤੇ ਇਸ ਅਸਤੀਫੇ ਦਾ ਆਧਾਰ ਉਹੀ ਆ ਨੈਤਿਕਤਾ ਕਿ ਨੈਤਿਕਤਾ ਦੇ ਤਕਾਜ਼ੇ ਤੇ ਜੀ ਹੁਣ ਇਹ ਅਹੁਦੇਦਾਰੀ ਬਣਦੀ ਨਹੀਂ ਹੈ ਸੋ ਚੱਕੋ ਅਸਤੀਫਾ ਤੇ ਬਖਸ਼ੋ ਸਾਨੂੰ ਛੁੱਟੀਆਂ ਹੁਣ ਇਹਨਾਂ ਨੇ ਹਾਲ ਦੀ ਘੜੀ ਤੱਕ ਇਹ ਅਸਤੀਫਾ ਪ੍ਰਵਾਨ ਨਹੀਂ ਕੀਤਾ ਕਹਿਣ ਦਾ ਭਾਵ ਆ ਵਿਚਾਰ ਕਰੂਗੇ ਉਸ ਤੋਂ ਬਾਅਦ ਕੋਈ ਫੈਸਲਾ ਲੈਣਗੇ ਤੇ ਹਾਲੇ ਤੱਕ ਉਹਨਾਂ ਦੇ ਪ੍ਰਧਾਨ ਦੇ ਅਸਤੀਫੇ ਦਾ ਹੀ ਪਤਾ ਨਹੀਂ ਲੱਗਿਆ ਉਹ ਲਊਗੇ ਜਾਂ ਨਹੀਂ ਤਾਂ ਇਹ ਜਿਹੜੇ ਛੋਟੇ ਪ੍ਰਧਾਨ ਹੈ ਸਟੇਟਾਂ ਦੇ ਇਹਨਾਂ ਦਾ ਅਸਤੀਫਾ ਕਦੋਂ ਪ੍ਰਵਾਨ ਹੋਊਗਾ ਜਾਂ ਕਦੋਂ ਇਹਦੇ ਤੇ ਵਿਚਾਰ ਹੋਊਗੀ ਹਾਲੇ ਲੰਮਾ ਚੌੜਾ ਸਵਾਲ ਜਾਂ ਨਿਸ਼ਾਨ ਆ ਤਾਂ ਦੇਖਦੇ ਹਾਂ ਕਿ ਕੀ ਬਣਦਾ ਵੈਸੇ ਜੇ ਇਸ ਆਧਾਰ ਤੇ ਹਾਰ ਦੇ ਆਧਾਰ ਤੇ ਆਪਾਂ ਵੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਧਮਕੀ ਦਿੱਤੀ ਸੀਗੀ ਕਿ ਭਾਈ ਜਿਹਦੇ ਵੀ ਇਲਾਕੇ ਦੇ ਵਿੱਚ ਬੰਦਾ ਹਾਰ ਗਿਆ ਉਸ ਮੰਤਰੀ ਤੇ ਕਾਰਵਾਈ ਹੋਊਗੀ ਤਾਂ ਉਹਨਾਂ ਤੇ ਅਸਤੀਫੇ ਕਦੋਂ ਫਿਰ ਲੈਣ ਦਾ ਦਬਾਅ ਪਾਇਆ ਜਾਊਗਾ ਵੇਖਣਾ ਹੋਊਗਾ ਔਰ ਦੂਜੀ ਚੀਜ਼ ਇਹ ਆ ਕਿ ਜੇ ਆਪਾਂ ਨੈਤਿਕਤਾ ਦਾ ਹੀ ਤਕਾਜ਼ਾ ਦੇਖਦੇ ਹਾਂ ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡਾ ਫਿਰ ਨੈਤਿਕਤਾ ਦਾ ਤਕਾਜ਼ਾ ਇਸ ਮਾਮਲੇ ਦੇ ਵਿੱਚ ਲਾਗੂ ਹੁੰਦਾ ਵਾ ਬੀਬੀ ਚੌਧਰੀ ਤੇ ਬੀਬੀ ਅਰੁਣਾ ਚੌਧਰੀ ਜਿਹੜੇ ਮਨਿਸਟਰ ਆ ਕੈਬਨਿਟ ਦੇ ਕਿਉਂਕਿ ਉਹਨਾਂ ਦੇ ਆਪਣੇ ਹਲਕੇ ਦੇ ਵਿੱਚ ਜਿਹੜੀ ਇਹਨਾਂ ਦੀ ਲੀਡ ਸੀ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਉਹ ਤਕਰੀਬਨ ਮੇਰੇ ਖਿਆਲ ਦੇ ਨਾਲ 21,000 ਦੀ ਰਹੀ ਹੈ 21,000 ਦੀ ਸੋ ਉਹਨਾਂ ਦੇ ਆਪਣੇ ਹਲਕੇ ਦੇ ਵਿੱਚ ਉਹ ਬੀਬੀ ਕੈਬਨਿਟ ਦੇ ਵਿੱਚ ਆ ਤਾਂ ਨੈਤਿਕਤਾ ਦਾ ਤਕਾਜ਼ਾ ਤਾਂ ਫਿਰ ਇਹ ਵੀ ਬਣਦਾ ਨਾ ਵੇਖਿਆ ਜਾਵੇ ਕਿ ਮੰਤਰੀ ਆਪਣੇ ਆਪਣੇ ਹਲਕੇ ਹਲਕੇ ਪੈਣ ਤਾਂ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਸੁਨੀਲ ਜਾਖੜ ਨੇ ਅਸਤੀਫਾ ਦਿੱਤਾ ਮੈਨੂੰ ਨਹੀਂ ਲੱਗਦਾ ਕਿ ਸੁਨੀਲ ਜਾਖੜ ਨੂੰ ਬਿਲਕੁਲ ਮਨਫੀ ਕਰ ਦਿੱਤਾ ਜਾਊਗਾ ਸੁਣਨ ਦੇ ਵਿੱਚ ਇਹੋ ਆਇਆ ਕਿ ਸੁਨੀਲ ਜਾਖੜ ਆ ਜਿਹੜਾ ਉਹ ਜਲਾਲਾਬਾਦ ਆਉਣ ਦੀ ਤਿਆਰੀ ਕਰਦਾ ਪਿਆ ਤਾਂ ਜਲਾਲਾਬਾਦ ਦੇ ਵਿੱਚ ਜੇ ਮੰਨ ਲਓ ਟਿਕਟ ਹਾਸਲ ਕਰਨੀ ਹੈ ਸੁਨੀਲ ਜਾਖੜ ਨੇ ਤੇ ਫਿਰ ਇੰਨੀ ਕੁ ਹੀਲ ਉਜਤ ਕਰਨੀ ਪਊਗੀ ਨਹੀਂ ਤੇ ਵਾਰ ਵਾਰ ਹਾਰੇ ਨੂੰ ਇਸ ਤਰ੍ਹਾਂ ਟਿਕਟ ਸਿੱਧੀ ਦੇਣਗੇ ਤੇ ਫਿਰ ਸ਼ਾਇਦ ਰੌਲਾ ਰੱਪਾ ਜਿਹੜਾ ਜ਼ਿਆਦਾ ਪੈਣ ਦੀ ਸੰਭਾਵਨਾ ਸੋ ਇਹ ਹੁਣ ਇੰਤਜ਼ਾਰ ਕਰਨਾ ਪਊਗਾ ਕਿ ਕੀ ਅਸਤੀਫਾ ਪ੍ਰਵਾਨ ਹੁੰਦਾ ਜਾਂ ਹਾਈਕਮਾਂ ਉੱਦਾਂ ਹੀ ਕਹਿ ਦਿੰਦੀ ਆ ਕਿ ਆਹ ਭਾਈ ਕੋਈ ਗੱਲ ਨਹੀਂ ਹੈ ਤੁਸੀਂ ਐਸ਼ ਕਰੋ ਉਹ ਦੇਖਦੇ ਹਾਂ ਕੀ ਬਣਦਾ ਵੈਸੇ ਉੱਦਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੁਨੀਲ ਜਾਖੜ ਦੀ ਉੱਤੋਂ ਉੱਤੋਂ ਭਾਵੇਂ ਜਿਸ ਤਰ੍ਹਾਂ ਮਰਜ਼ੀ ਦਿਖਦੀ ਹੋਵੇ ਅੰਦਰ ਖਾਤੇ ਜਦੋਂ ਵੀ ਇੱਕ ਦੂਜੇ ਨੂੰ ਮਿਲਦੇ ਆ ਹਾਂ ਜੱਫੀ ਤੇ ਪਾ ਲੈਂਦੇ ਪਰ ਝਟਕਾ ਜਿਹੜਾ 12 ਵੋਲਟ ਵਾਲਾ ਹੀ ਦਿੰਦੇ ਆ ਯਾਦ ਹੋਣਾ ਤੁਹਾਨੂੰ ਕਿ ਗੁਰਦਾਸਪੁਰ ਦੇ ਵਿੱਚ ਗਿਆ ਸੀ ਕੈਪਟਨ ਤੇ ਉੱਥੇ ਮਜ਼ਾਕ ਉਡਾਇਆ ਸੀ ਕਹਿੰਦਾ ਚੀਫ ਮਿਨਿਸਟਰ ਬਣਨ ਵਾਲੇ ਹੀ ਆ ਬਣਾਤਾ ਫਿਰ ਚੀਫ ਮਿਨਿਸਟਰ ਲੋਕਾਂ ਨੇ ਜੀ 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 ਹਾਂ ਅਗਲੀ ਮਿੰਟੂ ਜੀ ਗੱਲ ਕਰਦੇ ਕਹਿੰਦੇ ਚੋਣਾਂ ਖਤਮ ਹੁੰਦਿਆਂ ਹੀ ਕੁੰਵਰ ਵਿਜੇ ਪ੍ਰਤਾਪ ਦੀ ਹੋਈ ਵਾਪਸੀ ਹਾਂਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਵਾਪਸੀ ਹੋ ਗਈ ਆ ਵਾਪਸੀ ਉਡੀਕੀ ਜਾ ਰਹੀ ਸੀਗੀ ਲੋਕ ਵੀ ਹੁਣ ਇਸ ਉਡੀਕ ਨੂੰ ਬਹੁਤਾ ਸੰਭਾਲ ਨਹੀਂ ਸੀ ਰਹੇ ਕਹਿੰਦੇ ਕਿ ਇਲੈਕਸ਼ਨ ਲੰਘ ਗਿਆ ਕੋਡ ਆਫ ਕੰਡਕਟ ਆ ਜਿਹੜਾ ਚੁੱਕਿਆ ਗਿਆ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਵਾਅਦਾ ਕੀਤਾ ਸੀਗਾ ਕਿ ਜਿਵੇਂ ਹੀ ਇਹ ਮਾਡਲ ਕੋਡ ਆਫ ਕੰਡਕਟ ਜਿਹੜਾ ਚੁੱਕਿਆ ਜਾਊਗਾ ਅਸੀਂ ਨਾਲ ਦੀ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਵਾਪਸੀ ਕਰਵਾ ਲਾਂਗੇ ਤਾਂ ਬਹਿਰਹਾਲ
ਇਹ ਇੱਕ ਚੰਗੀ ਖਬਰ ਆ ਕਿਉਂਕਿ ਲੋਕ ਸਵਾਲ ਕਰਦੇ ਪਏ ਸੀਗੇ ਤਾਂ ਹੁਣ ਇਹ ਆ ਗਏ ਆ। ਉਮੀਦ ਕੀਤੀ ਜਾਣੀ ਚਾਹੀਦੀ ਆ ਕਿ ਜਾਂਚ ਪੜਤਾਲ ਅੱਗੇ ਤੁਰੂਗੀ। ਤਾਂ ਵੈਸੇ ਇਹਨਾਂ ਨੇ ਚਲਾਨ ਤੇ ਜਿੱਦਾਂ ਦਾ ਪੇਸ਼ ਕੀਤਾ ਉਹਦੇ ਤੋਂ ਵੈਸੇ ਉਦੋਂ ਵੀ ਕਈ ਸਵਾਲ ਉੱਠੇ ਆ। ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕਾਰਕਰਦਗੀ ਤੇ ਹੀ ਇੱਕ ਟੇਕ ਰਹਿ ਗਈ ਆ ਜਿਹੜਾ ਇਹਨਾਂ ਨੇ ਚਲਾਨ ਪੇਸ਼ ਕੀਤਾ। ਹਾਲਾਂਕਿ ਚਲਾਨ ਦੇ ਵਿੱਚ ਗੁੰਜਾਇਸ਼ ਰਹਿੰਦੀ ਆ, ਅਗਾਂਹ ਵੀ ਗੱਲ ਤੁਰ ਪੈਂਦੀ ਆ, ਐਸੀ ਗੱਲ ਨਹੀਂ ਹੈ ਕਿ ਸਾਰੀਆਂ ਬਾਰੀਆਂ ਸਾਰੇ ਦਰ ਜਿਹੜੇ ਉਹ ਬੰਦ ਹੋ ਜਾਂਦੇ ਆ, ਪਰ ਫਿਰ ਵੀ ਜਿੰਨੀ ਕੁ ਇਨਵੈਸਟੀਗੇਸ਼ਨ ਕਰਕੇ ਹੁਣ ਤੱਕ ਇਹਨਾਂ ਨੇ ਅਦਾਲਤ ਦੇ ਵਿੱਚ ਪੇਸ਼ ਕੀਤੀ ਆ ਤਾਂ ਉਹਦੇ ਵਿੱਚ ਐਸਾ ਕੁਛ ਨਹੀਂ ਵਾਪਰਿਆ ਜਿਹਦੇ ਵਾਪਰਨ ਦਾ ਲੋਕਾਂ ਨੂੰ ਝਲਕਾਰਾ ਦੇ ਕੇ ਇਹਨਾਂ ਨੇ ਬਹੁਤ ਕੁਛ ਵਰਤਾ ਲਿਆ। ਤਾਂ ਹੁਣ ਇਹੀ ਟੇਕ ਆ ਕਿ ਕੀ ਕੁੰਵਰ ਵਿਜੇ ਪ੍ਰਤਾਪ ਸਿੰਘ ਅਲੱਗ ਕੁਛ ਕਰੇਗਾ ਜਾਂ ਫਿਰ ਸਾਰਾ ਕੁਛ ਉਹੀ ਹਵਾ ਹਵਾਈ ਹੋ ਜਾਊਗਾ ਜਿੱਦਾਂ ਅੱਗੇ ਹੁੰਦਾ ਆਇਆ। ਹੁਣ ਆਖਰੀ ਉਮੀਦ ਜਿਹੜੀ ਆ ਉਹ ਵੀ ਆ ਗਈ ਆ ਲੋਕਾਂ ਦੇ ਮੈਦਾਨ ਦੇ ਵਿੱਚ, ਦੇਖਦੇ ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਕਿੱਦਾਂ ਦਾ ਕੰਮ ਕਰਦਾ। ਪਰ ਅਕਾਲੀਆਂ ਦੇ ਨਾਲ ਜਿਹੜਾ ਉਹਦਾ ਆਡਾ ਲੱਗਿਆ ਹੋਇਆ ਉਹ ਆਡਾ ਹੁਣ ਗਾਂਹ ਤੁਰੂਗਾ ਜਾਂ ਗੱਲ ਇੱਥੇ ਮੁੱਕ ਜੂਗੀ, ਇਹਦੇ ਤੇ ਵੀ ਨਜ਼ਰ ਬਣੀ ਰਹਿਣੀ ਆ। ਜੀ 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 ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਸੁਖਬੀਰ ਬਾਦਲ ਤੋਂ ਹਾਰਨ ਮਗਰੋਂ ਘੁਬਾਇਆ ਨੇ ਕਾਂਗਰਸ ਤੇ ਲਾਏ ਵੱਡੇ ਇਲਜ਼ਾਮ, ਇਹਦੀ ਘਰ ਵਾਪਸੀ ਨਹੀਂ ਹੋਣ ਵਾਲੀ ਕਿਤੇ ਫਿਰ? ਨਹੀਂ, ਘਬਾਇਆ ਤੇ ਘਬਰਾਇਆ ਪਿਆ, ਸਿੱਧੀ ਗੱਲ ਇਹੋ ਆ, ਸਪਸ਼ਟ ਗੱਲ ਇਹੋ ਆ ਕਿ ਜਿਹੜਾ ਸ਼ੇਰ ਸਿੰਘ ਘੁਬਾਇਆ ਨੇ ਝਟਕਾ ਖਾਇਆ ਨਾ, ਕਿਤੇ ਨਾ ਕਿਤੇ ਉਹਦੇ ਝਟਕੇ ਦੇ ਵਿੱਚ ਹੀ ਐਵੇਂ ਆਵਾਗਾਉਣ ਦੀਆਂ ਗੱਲਾਂ ਕਰੀ ਜਾਂਦਾ, ਉਹਨਾਂ ਗੱਲਾਂ ਦਾ ਕੋਈ ਤੁੱਕ ਬਣਦਾ ਨਹੀਂ ਹੈ। ਸੋ ਇਹਨੇ ਤੇ ਸਾਰਿਆਂ ਨੂੰ ਘੇਰ ਲਿਆ, ਕਹਿੰਦਾ ਜੀ ਇਹਨਾਂ ਨੇ ਹੇਰਾਫੇਰੀ ਕਰਕੇ ਮੈਨੂੰ ਰਾਇਆ ਵਾ, ਈਵੀਐਮ ਦੀ ਸੈਟਿੰਗ ਕੀਤੀ ਸੀਗੀ। ਸੋ ਇਹਨੇ ਸੁਖਬੀਰ ਬਾਦਲ ਨੇ ਪਹਿਲਾਂ ਹੀ ਇੱਕ ਭਵਿੱਖਬਾਣੀ ਕਰਤੀ ਸੀਗੀ ਕਿ ਮੈਂ 2 ਲੱਖ ਵੋਟ ਤੇ ਜਿੱਤੂਗਾ, ਤੇ 2 ਲੱਖ ਤੇ ਜਿੱਤਿਆ। ਫਿਰ ਮੰਤਰੀਆਂ ਤੇ ਖਾਸ ਤੌਰ ਤੇ ਉਹਨੇ ਲੁਕਵਾਂ ਇਲਜ਼ਾਮ ਲਾਇਆ ਹੀ ਲਾਇਆ, ਹਾਲਾਂਕਿ ਸਿੱਧੇ ਤੌਰ ਤੇ ਨੰਗੇ ਚਿੱਟੇ ਤੌਰ ਤੇ ਉਹਨੇ ਨਾਂ ਨਹੀਂ ਲਿਆ ਕਿਸੇ ਮੰਤਰੀ ਦਾ, ਪਰ ਇੱਕਾ ਦੁੱਕਾ ਮੰਤਰੀਆਂ ਤੇ ਉਂਗਲ ਜ਼ਰੂਰ ਚੁੱਕੀ ਅੱਜ ਦੀ ਇੰਟਰਵਿਊ ਦੇ ਵਿੱਚ ਸ਼ੇਰ ਸਿੰਘ ਘੁਬਾਇਆ ਨੇ। ਤਾਂ ਜਿੱਥੋਂ ਤੱਕ ਈਵੀਐਮ ਦਾ ਸਵਾਲ ਆ, ਬੜੀ ਸਿੰਪਲ ਜੀ ਗੱਲ ਆ, ਬੜੀ ਸਾਦੀ ਜੀ ਗੱਲ ਆ ਕਿ ਕੱਲੀ ਫਿਰੋਜ਼ਪੁਰ ਦੀ ਈਵੀਐਮ ਹੀ ਉਹਨਾਂ ਨੇ ਸੈੱਟ ਕਰਨੀ ਸੀਗੀ, ਕਰ ਲਈਆਂ ਨੇ, ਕਿਤੋਂ ਹੋਰ ਦੀ ਵੀ ਕਰ ਲੈਂਦੇ ਜੇ ਉਹਨਾਂ ਦੇ ਕੋਲ ਸੈਟਿੰਗ ਵਾਲੀ ਚਾਬੀ ਸੀਗੀ, ਤਾਂ ਫਿਰ ਹੋਰ ਵੀ ਕਿਤੋਂ ਕਰ ਲੈਂਦੇ। ਇਹ ਉਹ ਤੇ ਰਹਿ ਗਏ ਬਿਲਕੁਲ ਵਿਲਕਦੇ ਹੀ, 8 ਬੰਦੇ ਉਹਨਾਂ ਦੇ ਹਾਰ ਗਏ 35-7, ਤੇ ਬਹੁਤ ਬੁਰਾ ਹਾਲ ਹੋਇਆ। ਵੈਸੇ 2 ਸੀਟਾਂ ਜਿੱਤ ਕੇ ਜੋ ਮਰਜ਼ੀ ਆਖੀ ਜਾਣ, ਅਕਾਲੀ ਦਲ ਹਾਲੇ ਵੀ ਐਸੀ ਸਥਿਤੀ ਦੇ ਵਿੱਚ ਹੈ, ਐਸੀ ਪੋਜੀਸ਼ਨ ਤੇ ਖਲੋਤਾ ਜਿੱਥੇ ਉਹਨੂੰ ਹਾਲੇ ਵੀ ਬਹੁਤ ਜ਼ਿਆਦਾ ਮਿਹਨਤ ਦੀ ਦਰਕਾਰ ਆ। ਇਹ ਸਭ ਤੋਂ ਵੱਡਾ ਸਵਾਲ ਉੱਠੂਗਾ ਨਾ ਕਿ ਕੱਲੀ ਫਿਰੋਜ਼ਪੁਰ ਦੀ ਹੀ ਈਵੀਐਮ ਕਾਹਤੋਂ ਸੈਟਿੰਗ ਕੀਤੀ ਗਈ, ਔਰ ਦੂਜੀ ਗੱਲ ਹੈ ਕਿ ਤੁਹਾਡਾ ਕੋਈ ਕਾਂਗਰਸ ਦਾ ਦੂਸਰਾ ਲੀਡਰ ਕਿਉਂ ਨਹੀਂ ਬੋਲਦਾ ਪਿਆ? ਕੀ ਗੱਲ, ਜਿਹੜੇ ਜਿੱਤੇ ਆ ਉਹ ਵੀ ਈਵੀਐਮ ਦੀ ਸੈਟਿੰਗ ਨਾਲ ਜਿੱਤੇ ਆ? ਸੋ ਸ਼ੇਰ ਸਿੰਘ ਘੁਬਾਇਆ ਨੂੰ ਵੇਖਣਾ ਚਾਹੀਦਾ, ਸੋਚਣਾ ਚਾਹੀਦਾ, ਪਰ ਉਹ ਇੱਕੋ ਹੀ ਬਸ ਰਾਟ ਰਾਗ ਫੜੀ ਬੈਠਾ ਕਿ ਹੇਰਾਫੇਰੀ ਕੀਤੀ, ਹੇਰਾਫੇਰੀ ਕੀਤੀ ਆ। ਔਰ ਕਮਾਲ ਦੀ ਗੱਲ ਇਹ ਆ ਕਿ ਉਹਨੇ ਰਾਹੁਲ ਗਾਂਧੀ ਨੂੰ ਇੱਕ ਪੱਤਰ ਵੀ ਲਿਖ ਦਿੱਤਾ ਦੱਸਦੇ ਆ, ਤਾਂ ਆਪਣੀ ਨਾਰਾਜ਼ਗੀ ਜਿਹੜੀ ਆ ਉਹਨੇ ਬਾਹਰ ਕੱਢੀ ਆ, ਖਿੱਚ ਬਾਹਰ ਕੱਢੀ ਆ, ਚਿੱਠੀ ਦੇ ਵਿੱਚ ਲਿਖ ਕੇ ਉਹਨੇ ਰਾਹੁਲ ਗਾਂਧੀ ਨੂੰ ਚਿੱਠੀ ਕਰ ਦਿੱਤੀ ਆ ਸ਼ੇਰ ਸਿੰਘ ਘੁਬਾਇਆ ਨੇ ਕਿ ਮੇਰੇ ਤੁਹਾਡੇ ਬੰਦਿਆਂ ਨੇ ਆਪਣੇ ਬੰਦਿਆਂ ਨੇ ਮਾੜੀ ਕਰ ਦਿੱਤੀ ਆ। ਵੈਸੇ ਸ਼ੇਰ ਸਿੰਘ ਘੁਬਾਇਆ ਹੁਣ ਜੋ ਮਰਜ਼ੀ ਆਖੀ ਜਾਵੇ, ਵੇਖੋ ਜਿਸ ਤਰੀਕੇ ਦੇ ਨਾਲ ਇਹਦੀ ਆਮਦ ਹੋਈ ਪਾਰਟੀ ਦੇ ਵਿੱਚ, ਪਹਿਲਾਂ ਦੇ ਮੁੰਡੇ ਦੀ ਆਮਦ ਹੋਈ, ਉਹ ਟਿਕਟ ਲੈ ਗਿਆ, MLA ਬਣ ਗਿਆ, ਇੱਕ ਬਹੁਤ ਵੱਡੀ ਫਾਈਟ ਹੋਈ ਉਹਦੀ ਉੱਥੇ ਜੈਨੀ ਦੇ ਨਾਲ, ਫਿਰ ਇੱਥੇ ਜਿਹੜੀ ਹੁਣ ਹੋਈ ਆ ਸ਼ੇਰ ਸਿੰਘ ਘੁਬਾਇਆ ਦੇ ਨਾਲ, ਤਾਂ ਇਹਨੂੰ ਵੀ ਤਾਂ ਸੋਚਣਾ ਚਾਹੀਦਾ ਨਾ ਕਿ ਤੁਸੀਂ ਕਾਂਗਰਸੀਆਂ ਤੇ ਦੋਸ਼ ਲਾਈ ਜਾਂਦੇ ਹੋ, ਕਾਂਗਰਸੀਆਂ ਤੇ ਤਾਂ ਗਿਲਾ ਕਰੀ ਜਾਂਦੇ ਹੋ, ਪਰ ਜਿਹਨਾਂ ਦਾ ਤੁਸੀਂ ਜਾ ਕੇ ਪਾਰਟੀ ਚ ਇੱਦਾਂ ਹੱਕ ਮਾਰਦੇ ਹੋ ਸੈਟਿੰਗ ਕਰਕੇ, ਕਿ ਉਹ ਚੀਜ਼ ਸਹੀ ਆ? ਨੈਤਿਕਤਾ ਤਕਾਜ਼ਾ ਇਹ ਗੱਲ ਕਹਿੰਦਾ ਕਿ ਤੁਸੀਂ ਮਲਾਈ ਖਾਈ ਚਲੋ 10-20 ਸਾਲ ਤੁਹਾਨੂੰ ਕੋਈ ਨੀ ਸੀ ਜਾਣਦਾ, ਤੁਸੀਂ ਇੱਕ ਮੁਨੀਮ ਹੁੰਦੇ ਸੀਗੇ, ਤੁਹਾਨੂੰ ਪਾਰਟੀ ਚ ਸ਼ਾਮਿਲ ਕੀਤਾ ਜਾਂਦਾ, ਤੁਸੀਂ 15-20 ਸਾਲ ਰੱਜ ਕੇ ਮਲਾਈ ਖਾਂਦੇ, ਉਸ ਤੋਂ ਬਾਅਦ ਤੁਹਾਡਾ ਫਿੱਕ ਪੈ ਜਾਂਦਾ, ਫਿਰ ਬਾਵਜੂਦ ਇਸ ਦੇ ਕਿ ਦੋਸ਼ ਤੁਸੀਂ ਲਾਉਣੇ ਹੋ ਮੇਰੀਆਂ ਫਿਲਮਾਂ ਤੱਕ ਜੀ ਇਹਨਾਂ ਨੇ ਫਰਜ਼ੀ ਬਣਾ ਕੇ ਉਡਾ ਦਿੱਤੀਆਂ ਨੇ, ਤੁਸੀਂ ਫਿਰ ਵੀ ਮੈਂਬਰ ਪਾਰਲੀਮੈਂਟ ਬਣੇ ਰਹਿੰਦੇ ਹੋ, ਨਾਲੇ ਕਹਿੰਦੇ ਹੋ ਕਿ ਮੈਂ ਪਾਰਟੀ ਛੱਡੀ, ਇਹ ਕੀਤਾ ਵੋ ਕੀਤਾ, ਫਿਰ ਟਿਕਟ ਲੈ ਲੈਂਦੇ ਹੋ। ਤਾਂ ਕੁੱਲ ਮਿਲਾ ਕੇ ਕਹਿਣ ਦਾ ਮਤਲਬ ਇਹੋ ਆ ਕਿ ਕੀ ਇਹ ਚੀਜ਼ ਠੀਕ ਆ? ਇਹ ਜਿਹੜਾ ਨੈਤਿਕਤਾ ਦਾ ਰੋਣਾ ਰੋਂਦੇ ਆ ਕਿ ਸਾਡੇ ਨਾਲ ਇਸ ਤਰ੍ਹਾਂ ਹੋ ਗਿਆ ਜੀ, ਨੈਤਿਕਤਾ ਦੇ ਲਿਹਾਜ਼ ਤੇ ਜਿਹੜੇ ਦੂਸਰੇ ਸੀਗੇ ਉਹਨਾਂ ਨੂੰ ਸਾਡੇ ਨਾਲ ਤੁਰਨਾ ਚਾਹੀਦਾ, ਤਾਂ ਏਦਾਂ ਜਾ ਕੇ ਤੁਸੀਂ ਕਿਸੇ ਦੇ ਪਾਰਟੀ ਦੇ ਵਿੱਚ ਜਿਹੜੇ ਵਰਕਰ ਜੁੱਤੀਆਂ ਖਾਂਦੇ ਰਹਿੰਦੇ ਆ ਜਦੋਂ ਵਿਰੋਧੀ ਧਿਰ ਚ ਹੁੰਦੇ, ਉਹਨਾਂ ਦਾ ਜਦੋਂ ਹੱਕ ਮਾਰਦੇ ਹੋ ਤਾਂ ਕੀ ਉਹ ਠੀਕ ਹੈ? ਕੀ ਵਾਜਬ ਆ?
ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਚੋਣਾਂ ਵਿੱਚ ਲੱਗਾ ਦਿੱਲੀ ਗੁਰਦੁਆਰਾ ਕਮੇਟੀ ਦਾ ਪੈਸਾ, ਜੀਕੇ ਨੇ ਕਿਹਾ ਸਾਰੇ ਖੁਲਾਸੇ ਕਰਾਂਗਾ। ਇੱਕ ਤਾਂ ਇਹਨਾਂ ਦੇ ਖੁਲਾਸੇ ਉਦੋਂ ਹੁੰਦੇ ਆ ਜਦੋਂ ਲੋਕਾਂ ਦੇ ਹਾਸੇ ਬਣ ਜਾਂਦੇ ਇਹਨਾਂ ਦੇ ਖੁਲਾਸੇ, ਸਹੀ ਗੱਲ, ਉਹ ਲੋਕ ਮਜ਼ਾਕ ਕਰਨ ਲੱਗ ਪੈਂਦੇ ਇਹਨਾਂ ਦੇ ਖੁਲਾਸਿਆਂ ਨੂੰ। ਹੁਣ ਤੁਹਾਨੂੰ ਪਤਾ ਹੀ ਆ ਕਿ ਮਨਜੀਤ ਸਿੰਘ ਜੀਕੇ ਦੇ ਨਾਲ ਕੀ ਹੋਇਆ, ਔਰ ਉੱਥੇ ਜੋ ਵੀ ਹੋਇਆ ਉਹ ਬਿਲਕੁਲ ਵਿਉਂਤਿਆ ਹੋਇਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਧੜੇ ਨੂੰ ਦੂਸਰੇ ਧੜੇ ਤੇ ਹਾਵੀ ਕਰਨਾ ਸੀਗਾ, ਦੂਸਰੇ ਧੜੇ ਨੂੰ ਕਿਸ ਤਰ੍ਹਾਂ ਪਾਸੇ ਕੀਤਾ ਗਿਆ, ਲਾਂਭੇ ਕੀਤਾ ਗਿਆ, ਉਹ ਸਾਰੀ ਚੀਜ਼ ਆਪਾਂ ਨੂੰ ਪਤਾ ਕਿ ਮਨਜਿੰਦਰ ਸਿੰਘ ਸਿਰਸਾ ਸੁਖਬੀਰ ਸਿੰਘ ਬਾਦਲ ਦੇ ਬਹੁਤ ਜ਼ਿਆਦਾ ਨਜ਼ਦੀਕੀ ਸੀਗਾ। ਉਹਦੀ ਵਿਰੋਧਤਾ ਜਿਹੜੀ ਆ ਜੀਕੇ ਕਾਫੀ ਲੰਬੇ ਸਮੇਂ ਤੋਂ ਖੁੱਲ ਕੇ ਕਰਦਾ ਆ ਰਿਹਾ ਸੀਗਾ, ਦੋਨਾਂ ਧੜਿਆਂ ਚ ਅਣਬਣ ਸੀਗੀ, ਇੱਕ ਧੜਾ ਹਾਵੀ ਹੋ ਗਿਆ, ਬਾਜੀ ਜਿਹੜੀ ਆ ਪਲਟ ਗਈ। ਤਾਂ ਹੁਣ ਮਨਜੀਤ ਸਿੰਘ ਜੀਕੇ ਆ ਜਿਹੜੇ, ਕਿਉਂਕਿ ਕੱਲ ਵੀ ਆਪਾਂ ਗੱਲ ਕੀਤੀ ਸੀਗੀ ਸ਼ਾਇਦ ਉਦਣ ਜਿੱਦਣ ਸ਼ਨੀਵਾਰ ਵਾਲਾ ਪ੍ਰੋਗਰਾਮ ਸੀਗਾ, ਉਦਣ ਇਹਨਾਂ ਦਾ ਰੌਲਾ ਪੈ ਗਿਆ ਸੀਗਾ, ਤਾਂ ਉਹਦੇ ਵਿੱਚ ਚੱਕਰ ਕੀ ਚੱਲਿਆ ਕਿ ਅਕਾਲੀਆਂ ਨੇ ਆਖਿਆ ਕਿ ਇਹਨੂੰ ਕੱਢ ਦਿੱਤਾ ਜਾਣਾ ਚਾਹੀਦਾ ਕਿਉਂਕਿ ਇਹਦੇ ਤੇ ਗਬਨ ਦਾ ਦੋਸ਼ ਵਾ। ਹੁਣ ਵੈਸੇ ਇਹ ਜੇ ਪੈਮਾਨਾ ਆਪਾਂ ਵੇਖਣਾ ਹੋਵੇ, ਦੋਸ਼ ਤੇ ਵਿਕਰਮ ਸਿੰਘ ਮਜੀਠੀਆ ਤੇ ਵੀ ਆ, ਦੋਸ਼ ਤੇ ਹੋਰ ਵੀ ਅਕਾਲੀ ਨੇਤਾਵਾਂ ਤੇ ਚੱਲੀ ਜਾਂਦੇ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹਨੂੰ ਜਿਸ ਤਰੀਕੇ ਨਾਲ ਲਾਂਭੇ ਕੀਤਾ ਗਿਆ ਉਹ ਪੈਮਾਨਾ ਠੀਕ ਗਲਤ ਹੋ ਸਕਦਾ, ਚਰਚਾ ਯੋਗ ਹੈ, ਪਰ ਰੌਲਾ ਇਹ ਆ ਕਿ ਹੁਣ ਜਿੱਦਾਂ ਇਹ ਕਹਿੰਦੇ ਆ ਕਿ ਦੇਖੋ ਜੀ ਚੋਣਾਂ ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਫੰਡ ਜਿਹੜੇ ਉਹ ਵਰਤੇ ਜਾਂਦੇ ਆ, ਜਦੋਂ ਹੁਣ ਪੱਤਰਕਾਰ ਮੋੜਵਾਂ ਜਵਾਬ ਕਰਦੇ ਆ ਕਿ ਹਾਂ ਭਾਈ, ਕਾਊਂਟਰ ਸਵਾਲ ਕਰਦੇ ਕਿ ਹਾਂ ਭਾਈ ਦੱਸੋ ਕਿਹੜੀਆਂ ਚੋਣਾਂ ਚ, ਕਹਿੰਦੇ ਕਿ ਨਹੀਂ ਸਮਾਂ ਆਊਗਾ ਤੇ ਹਰ ਗੱਲ ਦਾ ਜਵਾਬ ਦਿੱਤਾ ਜਾਊਗਾ। ਹਾਲੇ ਵੀ ਸਮਾਂ ਨਹੀਂ ਆਇਆ, ਉਹਨਾਂ ਨੇ ਦੁੱਧ ਚੋਂ ਮੱਖੀ ਵਾਂਗੂ ਕੱਢ ਕੇ ਪਰੇ ਮਾਰਿਆ ਜੀ। ਹਾਲੇ ਵੀ ਕਹਿੰਦੇ ਆ ਕਿ ਕੋਈ ਗੱਲ ਨੀ, ਸਮਾਂ ਆਉਣ ਦਿਓ, ਫੇਰ ਅਸੀਂ ਸਾਰੀ ਗੱਲ ਖੋਲ ਕੇ ਕਰਾਂਗੇ। ਸੋ ਹੁਣ ਇਹ ਇਸ ਤਰ੍ਹਾਂ ਦੇ ਖੁਲਾਸੇ ਕਰੀ ਜਾਂਦੇ ਆ, ਹੁਣ ਅਕਾਲੀ ਦਲ ਨੂੰ ਇਹਨਾਂ ਨੇ ਸ਼ੀਸ਼ਾ ਦਿਖਾਉਣਾ ਵੀ ਸ਼ੁਰੂ ਕਰ ਦਿੱਤਾ। ਪਰ ਮਨਜੀਤ ਸਿੰਘ ਜੀਕੇ ਉਹੀ ਜੀਕੇ ਆ ਜਿਹੜੇ ਅੱਜ ਕਹਿੰਦੇ ਆ ਕਿ ਬੇੜਾ ਗਰਕ ਕੀਤਾ ਤੇ ਕੀਤਾ, ਸਾਧ ਨੂੰ ਦਿੱਤੀ ਮਾਫ਼ੀ ਨੇ। ਤੇ ਤੁਹਾਨੂੰ ਚੇਤੇ ਹੋਣਾ ਕਿ ਅਕਤੂਬਰ 2015 ਦੀ ਗੱਲ ਹੈ ਮੇਰੇ ਖਿਆਲ ਦੇ ਨਾਲ, ਚੜ੍ਹਦੇ ਅਕਤੂਬਰ ਦੀ, ਕਿ ਮਨਜੀਤ ਸਿੰਘ ਜੀਕੇ ਬਕਾਇਦਾ ਦਿੱਲੀ ਤੋਂ ਇੱਕ ਵਫਦ ਲੈ ਕੇ ਕਾਲ ਤਖ਼ਤ ਤੇ ਆ ਗਿਆ ਸੀਗਾ। ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਜੋ ਫੈਸਲਾ ਕੀਤਾ ਸਾਰਿਆਂ ਨੂੰ ਫੁੱਲ ਚੜਾਉਣਾ ਚਾਹੀਦਾ, ਦਿੱਲੀ ਕਮੇਟੀ ਇਸ ਫੈਸਲੇ ਦੇ ਨਾਲ ਖਲੋਤੀ ਆ। ਤਾਂ ਹੁਣ ਪੈਮਾਨਾ ਬਦਲ ਗਿਆ, ਹੁਣ ਕਹਿੰਦੇ ਆ ਕਿ ਸਾਰਾ ਬੇੜਾ ਗਰਕ ਉਸ ਫੈਸਲੇ ਤੋਂ ਹੋਇਆ। ਤਾਂ ਕਹਿਣ ਦਾ ਭਾਵ ਇਹ ਆ ਕਿ ਜਦੋਂ ਤੁਸੀਂ ਅਹੁਦਿਆਂ ਤੇ ਹੁੰਦੇ ਹੋ ਉਸ ਸਮੇਂ ਜੇ ਗੁਰੂ ਕੀ ਗੋਲਕ ਦੀ ਦੁਰਵਰਤੋਂ ਹੁੰਦੀ ਆ, ਕੁਵਰਤੋਂ ਹੁੰਦੀ ਆ, ਤੁਸੀਂ ਉਦੋਂ ਬੋਲੋ, ਲੋਕ ਵੀ ਤੁਹਾਡਾ ਸਾਥ ਦੇਣ। ਜਦੋਂ ਤੁਸੀਂ ਵੇਲਾ ਵਿਹਾਰ ਲੈਂਦੇ ਹੋ ਫਿਰ ਉਹ ਆਉਂਦੇ ਹੁੰਦੇ ਆ ਕਿ ਵੇਲੇ ਦੀ ਨਮਾਜ਼, ਹਨੇਰੇ ਦੀਆਂ ਟੱਕਰਾਂ, ਫਿਰ ਤੁਸੀਂ ਟੱਕਰਾਂ ਮਾਰੀ ਜਾਂਦੇ, ਮਾਰੀ ਚਲੋ ਹੁਣ ਕੀ ਫਾਇਦਾ, ਤੇ ਪਾਣੀ ਜਦੋਂ ਪੱਤਰਾਂ ਤੇ ਲੰਘ ਗਿਆ ਉਹਨਾਂ ਦਾ ਕੋਈ ਸਵਾਲ ਹੀ ਨੀ ਪੈਦਾ ਹੁੰਦਾ। ਸੋ ਮਨਜੀਤ ਸਿੰਘ ਜੀਕੇ ਹੁਣ ਹਮਦਰਦੀ ਬਟੋਰ ਸਕਦਾ ਜਾਂ ਇੱਕ ਆਪਸ਼ਨ ਹੋਰ ਰੱਖਦਾ ਕਿ ਟਕਸਾਲੀ ਦਲ ਹੈਗਾ ਉਹਦੇ ਵਿੱਚ ਚਲਾ ਜਾਵੇ, ਪਰ ਅਕਾਲੀ ਦਲ ਨਾਲ ਜਿਸ ਤਰੀਕੇ ਦਾ ਉਹਦਾ ਦਫੇੜ ਪੈ ਚੁੱਕਾ, ਉਹਦਾ ਫਰਕ ਪੈ ਚੁੱਕਾ, ਹੁਣ ਮੈਨੂੰ ਨੀ ਲੱਗਦਾ ਕਿ ਮਨਜੀਤ ਸਿੰਘ ਜੀਕੇ ਉਸ ਥਾਂ ਤੇ ਪਹੁੰਚੂਗਾ ਜਿੱਥੇ ਉਹ ਪਹੁੰਚੇ ਨੂੰ ਲੋਕ ਕਹਿੰਦੇ ਸੀਗੇ ਕਿ ਹਾਂ ਜੀ ਇਹ ਸਰਨੇ ਦੇ ਬਰੋਬਰ ਦਾ ਆਗੂ ਆ ਦਿੱਲੀ ਦੇ ਵਿੱਚ, ਬਹੁਤ ਲੰਮੀ ਰੇਸ ਦਾ ਘੋੜਾ, ਇੱਕ ਵਾਰੀ ਅਕਾਲੀਆਂ ਨੇ ਉਹ ਘੋੜਾ ਜਿਹੜਾ ਪੈਂਚਰ ਕਰ ਛੱਡਿਆ। ਜੀ ਜੀ ਬਿਲਕੁਲ ਬਿਲਕੁਲ। ਅਗਲੀ ਮਿੰਟ ਜੀ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਤੀਜੇ ਧੜੇ ਨੂੰ ਲੈ ਕੇ, ਕਹਿੰਦੇ ਆਮ ਆਦਮੀ ਪਾਰਟੀ ਵਿੱਚ ਇੱਕ ਜੁੱਟਤਾ ਦੀਆਂ ਕੋਸ਼ਿਸ਼ਾਂ, ਭਗਵੰਤ ਮਾਨ ਨੇ ਖਹਿਰਾ ਤੇ ਕੰਵਰ ਸੰਧੂ ਨੂੰ ਕੀਤਾ ਆ ਫੋਨ, ਹੁਣ ਦੇਖਦੇ ਤਾਂ ਹੈਗੇ ਆ ਵੀ ਅਜੇ ਵੀ 20% ਤੱਕ ਵੋਟ ਤੀਜੇ ਧੜੇ ਨੂੰ ਬਾਕੀ ਥਾਵਾਂ ਤੇ ਵੰਡ ਕੇ ਪਈ ਆ। ਹਾਂ ਬਿਲਕੁਲ, ਹਾਲੇ ਵੀ ਉਦਣ ਗੱਲ ਕੀਤੀ ਸੀਗੀ ਕਿ ਹਾਲੇ ਵੀ ਹਾਲੇ ਹੁੰਦੇ ਨਾ ਕਿ ਕਿਹੜਾ ਮੁੱਲਾ ਮਰ ਗਿਆ ਕਿ ਰੋਜੇ ਮੁੱਕ ਗਏ ਆ, ਹਾਲੇ ਵੀ ਮੈਦਾਨ ਖੁੱਲਾ ਹੀ ਆ, ਹਾਲੇ ਵੀ ਕੁਛ ਨੀ ਵਿਗੜਿਆ। ਹਾਲਾਂਕਿ ਬਹੁਤ ਵਿਗਾੜ ਜਿਹੜੇ ਆ ਉਹ ਇਹਨਾਂ ਦੇ ਪੈਰੋਂ ਪਏ ਆ, ਚਾਹੇ ਕਿਸੇ ਨੂੰ ਵੀ ਕਿਹਾ ਜਾ ਸਕਦਾ, ਇਹਨਾਂ ਚੋਂ ਕੋਈ ਵੀ ਇਹੋ ਜਿਹਾ ਸ਼ਖਸ ਨਹੀਂ ਹੋਣਾ ਜਿਹੜਾ ਕਹਿ ਦੇਵੇ ਬਾਹ ਉੱਚੀ ਕਰਕੇ ਕਿ ਮੈਂ ਕੋਈ ਗਲਤੀ ਨੀ ਕੀਤੀ। ਹਰੇਕ ਨੇ ਗਲਤੀ ਕੀਤੀ ਆ, ਕਿਸੇ ਨੇ ਐਨ ਮੌਕੇ ਤੇ ਕਰ ਦਿੱਤੀ, ਕਿਸੇ ਨੇ ਐਨ ਪਹਿਲੀਆਂ ਚ ਕਰ ਦਿੱਤੀ, ਕਿਸੇ ਦੀ ਗਲਤੀ ਵੱਡੀ ਹੋ ਸਕਦੀ ਆ, ਕਿਸੇ ਦੀ ਗਲਤੀ ਛੋਟੀ ਹੋ ਸਕਦੀ ਆ। ਤਾਂ ਹੁਣ ਜੇ ਗਲਤੀਆਂ ਦਾ ਅਹਿਸਾਸ ਕਰ ਲੈਣ, ਆਪਣੇ ਆਪ ਨੂੰ ਫਿਰ ਸੰਗਠਿਤ ਕਰਨ, ਹੇਠਲੇ ਪੱਧਰ ਤੇ ਜੋ ਇਹਨਾਂ ਦਾ ਕਾਡਰ ਨਿਖੜਿਆ ਜਾਂ ਆਪੋ ਵਿੱਚ ਦੀ ਉਹ ਇਸ ਟਾਈਮ ਡੱਠਾ ਪਿਆ, ਯਾਨੀ ਕਹਿਣ ਦਾ ਭਾਵ ਇੱਕ ਦੂਜੇ ਨਾਲ ਲੜੀ ਜਾਂਦਾ, ਜੇ ਉਹਦਾ ਫੇਰ ਇਹ ਇਕਾਗ੍ਰਿਤ ਕਰ ਲੈਣ ਤਾਂ ਮੇਰੇ ਖਿਆਲ ਦੇ ਨਾਲ ਠੀਕ ਆ। ਹਾਲੇ ਵੀ ਸਮਾਂ ਹੈ ਕਿਉਂਕਿ 2022 ਦੇ ਵਿੱਚ ਥੋੜਾ ਸਮਾਂ ਪਿਆ, ਉਦੋਂ ਤੱਕ ਬਹੁਤ ਹੱਦ ਤੱਕ ਰਿਕਵਰੀ ਕੀਤੀ ਜਾ ਸਕਦੀ ਆ।
ਖੈਰ ਅੱਜ ਦੀ ਜਿਹੜੀ ਇਹ ਚਰਚਾ ਆ, ਚਰਚਾ ਇਸ ਕਰਕੇ ਛਿੜੀ ਆ ਕਿ ਕੰਵਰ ਸੰਧੂ ਨੂੰ ਫੋਨ ਕੀਤਾ ਗਿਆ ਭਗਵੰਤ ਮਾਨ ਵੱਲੋਂ। ਇਹਦੀ ਪੁਸ਼ਟੀ ਹੈ ਜਿਹੜੀ ਕੰਵਰ ਸੰਧੂ ਵੱਲੋਂ ਵੀ ਕੀਤੀ ਗਈ ਹੈ। ਕੰਵਰ ਸੰਧੂ ਪਿਛਲੇ ਕਈ ਦਿਨਾਂ ਤੋਂ ਲਾਪਤਾ ਜਿਹਾ ਨਜ਼ਰ ਆਉਂਦੇ ਸੀਗੇ, ਪਰ ਹੁਣ ਅਚਾਨਕ ਮੀਡੀਆ ਚ ਪ੍ਰਗਟ ਹੋਏ ਆ, ਉਹਨਾਂ ਦੇ ਵਰਸ਼ਨ ਆਏ ਆ, ਇੰਟਰਵਿਊ ਆਈਆਂ ਛੋਟੀਆਂ ਛੋਟੀਆਂ। ਤਾਂ ਕਹਿੰਦਾ ਭਾਵ ਇਹ ਆ ਕਿ ਉਹ ਪੁਸ਼ਟੀ ਕਰਦੇ ਕਿ ਹਾਂ ਭਾਈ ਭਗਵੰਤ ਮਾਨ ਨੇ ਮੈਨੂੰ ਫੋਨ ਕੀਤਾ ਸੀਗਾ, ਮੈਂ ਉਹਨੂੰ ਪਹਿਲਾਂ ਤੇ ਵਧਾਈ ਦਿੱਤੀ ਆ। ਫਿਰ ਉਹਨੇ ਕਿਹਾ ਕਿ ਮੈਨੂੰ ਤੁਹਾਡੀ ਹੈਲਪ ਦੀ ਜ਼ਰੂਰਤ ਆ, ਕਿਉਂਕਿ ਮੈਂ ਕੁਛ ਉੱਥੇ ਨਵਾਂ ਕਰਨਾ ਚਾਹੁੰਦਾ ਸੰਸਦ ਦੇ ਵਿੱਚ, ਜਿੱਦਾਂ ਪ੍ਰਾਈਵੇਟ ਮੈਂਬਰ ਬਿੱਲ ਦੇ ਹੁੰਦੇ ਆ, ਜਿੱਦਾਂ ਸੰਸਦ ਮੈਂਬਰਾਂ ਦਾ ਪ੍ਰਾਈਵੇਟ ਬਿੱਲ ਹੁੰਦਾ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੁਛ ਹੈਲਪ ਚਾਹੀਦੀ ਆ। ਤੇ ਕੰਵਰ ਸੰਧੂ ਹੋਰੀ ਕਹਿੰਦੇ ਕਿ ਕੋਈ ਗੱਲ ਨੀ, ਅਸੀਂ ਹਾਜ਼ਰ ਹਾਂ। ਫਿਰ ਦੂਜੀ ਚੀਜ਼ ਜਿਹੜੀ ਆ, ਉਹਨਾਂ ਨੇ ਕਿਹਾ ਕਿ ਸਾਡਾ ਸਟੈਂਡ ਉਹੀ ਆ ਕਿ ਇਹ ਫੈਸਲੇ ਇੱਥੋਂ ਲੈਣ, ਔਰ ਜਿਹੜਾ LOP ਆ ਜਾਂ ਜਿਹੜਾ ਪ੍ਰੈਜ਼ੀਡੈਂਟ ਆ ਉਹ ਹਾਰ ਵੇਖ ਕੇ ਪਾਰਟੀ ਦੀ ਅਸਤੀਫਾ ਦੇ ਦੇਵੇ ਤਾਂ ਅਸੀਂ ਸਭ ਕੁਛ ਕਰਨ ਨੂੰ ਤਿਆਰ ਹਾਂ। ਸੋ ਇਹ ਚੀਜ਼ ਜਿਹੜੀ ਆ ਉਹਨਾਂ ਨੇ ਮੀਡੀਆ ਚ ਰੱਖੀ ਆ ਕਿ ਪਹਿਲੀ ਗੱਲ ਤੇ ਇਹ ਦੇਖੋ ਨਾ ਕਿ ਜੇ ਗੱਲ ਹੋਈ ਆ ਇਹ ਮੀਡੀਆ ਨੂੰ ਕਿਵੇਂ ਭਿਣਕ ਲੱਗੀ, ਜੇ ਮੀਡੀਆ ਨੂੰ ਭਿਣਕ ਲੱਗੀ ਗਈ ਆ ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਆ ਕੇ ਉਸਦੀ ਪ੍ਰੋੜਤਾ ਕਰਦੇ ਪਏ। ਉਹ ਚੀਜ਼ ਵੇਖਣ ਵਾਲੀ ਆ ਕਿ ਭਗਵੰਤ ਮਾਨ ਨੇ ਟੈਲੀਫੋਨ ਕਰ ਲਿਆ ਤਾਂ ਇੱਡੀ ਜਲਦੀ ਮੀਡੀਆ ਦੇ ਵਿੱਚ ਆ ਜਾਣਾ, ਇਹ ਮੇਰੇ ਖਿਆਲ ਦੇ ਨਾਲ ਆਪਣੇ ਆਪ ਦੇ ਵਿੱਚ ਨਾ ਬੜਾ ਅਚਰਜ ਜਿਹਾ ਲੱਗਦਾ। ਤਾਂ ਖੈਰ ਜੇ ਇਸ ਤਰ੍ਹਾਂ ਹੁੰਦਾ, ਉਹਨਾਂ ਨੇ ਨਾਲ ਪੁਸ਼ਟੀ ਕੀਤੀ ਆ ਕੰਵਰ ਸੰਧੂ ਨੇ ਕਿ ਸੁਖਪਾਲ ਖਹਿਰੇ ਨੂੰ ਵੀ ਭਗਵੰਤ ਮਾਨ ਨੇ ਟੈਲੀਫੋਨ ਕੀਤਾ, ਜੇ ਇਸ ਤਰ੍ਹਾਂ ਕੀਤਾ ਤਾਂ ਮੈਂ ਕਹਿੰਦਾ ਕਿ ਠੀਕ ਹੈ, ਜਾਣ ਪਿਆ ਭਗਵੰਤ ਮਾਨ ਵੀ ਇਹਦੇ ਨਾਲ ਵੀ ਆ, ਇੱਥੋਂ ਵੱਡੇ ਹੋ ਸਕਦੇ ਆ, ਕੋਈ ਇੱਥੋਂ ਛੋਟਾ ਹੋ ਸਕਦਾ, ਪਰ ਹੈ ਤੇ ਸਾਥੀ ਆ। ਕਿ ਜੇ ਮੰਨ ਲਓ ਅੱਜ ਦੀ ਤਰੀਕ ਦੇ ਵਿੱਚ ਇੱਥੋਂ ਤੱਕ ਗੱਲਾਂ ਪਹੁੰਚਦੀਆਂ ਕਿ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੁੰਦਾ, ਫਿਰ ਇੱਕ ਦੂਜੇ ਦੇ ਨਾਲ ਰਾਏ ਮਸ਼ਵਰਾ ਕੀਤਾ ਜਾਂਦਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਛ ਵਾਪਰਦੀ ਸੰਭਾਵਨਾ ਰਹਿੰਦੀ ਹੈ। ਵੈਸੇ ਵੀ ਉਹ ਕਹਿੰਦੇ ਹੁੰਦੇ ਨਾ ਕਿ ਦੁਸ਼ਮਣੀ ਕੁਛ ਇਸ ਤਰ੍ਹਾਂ ਕਰੋ, ਜਦ ਮਿਲੋ ਤਾਂ ਸ਼ਰਮਿੰਦਾ ਨਾ ਹੋ। ਸੋ ਦੁਸ਼ਮਣੀ ਵੀ ਜੇ ਹੈਗੀ, ਪਹਿਲੀ ਗੱਲ ਤੇ ਇਹਨਾਂ ਦੀ ਹੈ ਨੀ, ਪਰ ਜੇ ਹੋਵੇ ਵੀ ਸਿਆਸਤ ਦੇ ਵਿੱਚ ਤੇ ਇਸ ਤਰ੍ਹਾਂ ਲੈਣੀ ਚਾਹੀਦੀ ਹੈ ਕਿ ਜਦੋਂ ਫੇਰ ਇਕੱਠੇ ਹੋਵੋ ਸ਼ਰਮਿੰਦਾ ਨਾ ਹੋ। ਪਰ ਵੈਸੇ ਇਹ ਕਾਫੀ ਹੱਦ ਤੱਕ ਚਲੇ ਗਏ ਸੀ ਸੁਖਪਾਲ ਖਹਿਰਾ ਤੇ ਭਗਵੰਤ ਮਾਨ, ਪਰ ਫਿਰ ਵੀ ਬਾਵਜੂਦ ਇਸ ਦੇ ਜਿਸ ਤਰੀਕੇ ਦੇ ਨਾਲ ਅਚਾਨਕ ਇਹ ਇੱਕ ਚਰਚਾ ਛਿੜੀ ਆ ਸੋਸ਼ਲ ਮੀਡੀਆ ਤੇ ਵੀ, ਕੁਛ ਜਿਹੜੇ ਵਾਹਵਾ ਵੱਡੇ ਬੁੱਧੀਜੀਵੀ ਆ, ਫਾਜ਼ਲ ਲੋਕ ਆ, ਉਹ ਵੀ ਇੱਕ ਸਲਾਹ ਦੇ ਰਹੇ ਆ, ਬਹੁ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਵੀ ਇਸ ਹੱਕ ਦੇ ਵਿੱਚ ਜਾਪਦੇ ਆ ਕਿ ਤੀਸਰਾ ਫਰੰਟ ਆ ਜਾਵੇ। ਤਾਂ ਇਹ ਅਚਾਨਕ ਜਦੋਂ ਇਹ ਗਤੀਵਿਧੀ ਚੱਲਦੀ ਆ ਤਾਂ ਉਹ ਜਿਹੜੀ ਇੱਕ ਸੰਭਾਵਨਾ ਉਸਲ ਵੱਟੇ ਲੈਂਦੀ ਸੀ ਕਿ ਉਹਨੂੰ ਬਲ ਮਿਲਦਾ ਇਸ ਚੀਜ਼ ਦਾ। ਤਾਂ ਇਹ ਚੀਜ਼ ਜਿਹੜੀ ਆ ਉਹ ਅਮਲ ਦੇ ਵਿੱਚ ਆਉਂਦੀ ਹੈ ਜਾਂ ਨਹੀਂ ਆਉਂਦੀ, ਉਹ ਬਾਅਦ ਦੀ ਗੱਲ ਆ, ਪਰ ਇਸ ਚੀਜ਼ ਦੀ ਇੱਕ ਵਾਰੀ ਕਹੀਏ ਕਿ ਸਾਰਿਆਂ ਨੇ ਸਲੋਕ ਜ਼ਰੂਰ ਕੀਤੀ ਆ ਕਿ ਹਾਂ ਭਾਈ ਇਸ ਤਰ੍ਹਾਂ ਹੋਣਾ ਚਾਹੀਦਾ। ਜੀ ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਲੰਬੀ ਦੇ ਵੋਟ ਬਾਦਲਾਂ ਨੂੰ ਕਹਿੰਦੇ ਜਿੱਤ ਤਾਂ ਦਵਾ ਗਏ ਪਰ ਚਿੰਤਾ ਦਾ ਵਿਸ਼ਾ ਵੀ ਬਣ ਗਏ। ਦੇਖੋ ਲੰਬੀ ਦੇ ਵਿੱਚ ਇਹਨਾਂ ਦੀ ਵੋਟ ਜਿਹੜੀ ਆ ਉਹ ਘਟੀ ਆ, ਖਾਸੀ ਘਟੀ ਆ, ਕਿਉਂਕਿ ਜੇ ਤੁਸੀਂ ਦੇਖੋਗੇ ਜਦੋਂ ਕੈਪਟਨ ਅਮਰਿੰਦਰ ਸਿੰਘ ਇੱਥੇ ਆ ਕੇ ਖਲੋਤਾ, ਜਦੋਂ ਅਕਾਲੀ ਦਲ ਦੇ ਖਿਲਾਫ ਤਕਰੀਬਨ ਪੰਜਾਬ ਹੋ ਚੁੱਕਾ ਸੀਗਾ, ਇੱਕ ਇਤਿਹਾਸਕ ਡਿਫੀਟ ਇਹਨਾਂ ਨੂੰ ਫੇਸ ਕਰਨੀ ਪਈ। ਉਸ ਸਮੇਂ ਦੇ ਵਿੱਚ ਵੀ ਜਦੋਂ ਜਰਨੈਲ ਸਿੰਘ ਆ ਕੇ ਇੱਕ ਤਕੂਨੀ ਟੱਕਰ ਦਾ ਮੁੱਢ ਬੰਨ ਗਿਆ, ਤਾਂ ਉਸ ਦੌਰ ਦੇ ਵਿੱਚ ਵੀ ਬਹੁਤ ਈਜ਼ਲੀ ਪ੍ਰਕਾਸ਼ ਸਿੰਘ ਬਾਦਲ ਇੱਥੋਂ ਜਿੱਤਿਆ ਸੀ। ਮੇਰੇ ਖਿਆਲ ਦੇ ਨਾਲ ਉਦੋਂ ਵੀ 21-22 ਹਜ਼ਾਰ ਦਾ ਮਾਰਜਨ ਸੀਗਾ। ਤਾਂ ਐਤਕੀ ਕੀ ਹੋਇਆ, ਉਹ ਮਾਰਜਨ ਜਿਹੜਾ ਸੀਗਾ ਲੰਬੀ ਦੇ ਵਿੱਚੋਂ ਕਾਂਗਰਸ ਦਾ ਤੇ ਅਕਾਲੀ ਦਲ ਦਾ ਰਹਿ ਗਿਆ ਮਾਤਰ 16 ਹਜ਼ਾਰ ਦਾ। ਤਾਂ ਇਸ ਗੱਲ ਨੂੰ ਲੈ ਕੇ ਕੁਛ ਥੋੜਾ ਜਿਹਾ ਚਿੰਤਾ ਵਾਲਾ ਮਾਹੌਲ ਆ ਅਕਾਲੀਆਂ ਚ ਕਿ ਇਹ ਕੀ ਹੋ ਰਿਹਾ, ਕਿਉਂਕਿ ਲੰਬੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਇਸ ਬਿਰਧ ਅਵਸਥਾ ਚ ਵੀ ਬੜਾ ਟਾਈਮ ਦੇ ਰਹੇ ਆ। ਜਿੱਦਾਂ ਉਹ ਜਾਂਦੇ ਆ ਮਰਗਾਂ ਤੇ, ਤੁਸੀਂ ਦੇਖਿਆ ਹੋਣਾ ਮੀਡੀਆ ਕਵਰ ਵੀ ਕਰਦਾ, ਤਾਂ ਉੱਥੋਂ ਇਸ ਤਰ੍ਹਾਂ ਵੋਟ ਘੱਟ ਜਾਣੀ ਉਹ ਵਾਹਵਾ ਚਿੰਤਾ ਦਾ ਸਬੱਬ ਆ। ਇੱਕ ਦੂਜੀ ਚੀਜ਼ ਹੋਰ ਵੀ ਆ, ਜਿੱਦਾਂ ਇੱਥੇ ਇੱਕ ਸਰਾਵਾਂ ਜੈਲ ਆ ਜਿਹਦੇ ਵਿੱਚ ਮਜੈਲਾਂ ਦੇ ਪਿੰਡ ਆ, ਤਾਂ ਐਤਕੀ ਬਹੁਤ ਵਿਚਿੱਤਰ ਗੱਲ ਵਾਪਰੀ ਆ ਜਿਹੜੀ ਕਿ ਅਲੋਕਾਰੀ ਹੋ ਸਕਦੀ ਆ ਕਿ ਇਹਨਾਂ ਪਿੰਡਾਂ ਦੇ ਵਿੱਚੋਂ ਵੀ ਵੋਟ ਘੱਟ ਗਈ ਆ। ਹੁਣ ਇਹਨਾਂ ਦੀ ਕਮਾਂਡ ਕਿਹਦੇ ਕੋਲ ਸੀਗੀ, ਉਹ ਸੀਗੀ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੇ ਕੋਲ। ਤਾਂ ਉਹਦੇ ਜਿਹੜੇ ਗੁਆਂਢੀ ਪਿੰਡ ਆ, ਬਿਲਕੁਲ ਉਹਦੀ ਢਾਣੀ ਦੇ ਨਾਲ ਜਿਹੜਾ ਪਿੰਡ ਆ ਬੁਰਜ ਸਿੱਧਵਾਂ, ਉੱਥੋਂ ਤਕਰੀਬਨ 285 ਵੋਟ ਘੱਟ ਜਾਂਦੀ ਆ। ਫਿਰ ਨਾਲ ਹੀ ਪਿੰਡ ਆ ਕੱਟਿਆਂ ਵਾਲੀ, ਉੱਥੋਂ ਵੋਟ ਘੱਟ ਜਾਂਦੀ ਆ। ਡੱਬ ਵਾਲੀ ਢਾਬ ਉੱਥੋਂ ਘੱਟ ਜਾਂਦੀ ਆ ਜਿੱਥੋਂ ਦਾ ਮੁੰਡਾ ਬਾਦਲ ਸਾਹਿਬ ਦਾ ਇੱਕ ਕਹਿ ਲਈਏ ਕਿ ਅਸਿਸਟੈਂਟ ਵੀ ਸੀਗਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਤਾ ਰਹੀਆਂ, ਅੱਜ ਵੀ ਉੱਥੇ ਇਹਨਾਂ ਦਾ ਮੰਥਨ ਚੱਲਦਾ ਰਿਹਾ ਜਥੇਦਾਰ ਦੀ ਢਾਣੀ ਤੇ, ਕਿਉਂਕਿ ਜਥੇਦਾਰ ਨੂੰ ਝਿੜਕਾਂ ਉੱਤੋਂ ਪਈਆਂ ਹੋਣੀਆਂ
ਉਹ ਆਪਣੇ ਸੱਜੇ ਖੱਬੇ ਵਾਲੇ ਨੂੰ ਸੱਦ ਕੇ ਉੱਥੇ ਉਹਨਾਂ ਦੀ ਖੁਰਕ ਮੱਠੀ ਕਰਦਾ ਹੋਣਾ ਕਿ ਹਾਂ ਭਾਈ ਤੁਸੀਂ ਮਰਵਾ ਕੇ ਰੱਖ ਦਿੱਤਾ ਕਰੋੜਾਂ ਰੁਪਈਆਂ ਦੀਆਂ ਗਰੰਟਾਂ ਜਿਹੜੀਆਂ ਤੁਹਾਨੂੰ ਦਿੱਤੀਆਂ ਸੀ ਕਿ ਇਸ ਕੰਮ ਲਈ ਦਿੱਤੀਆਂ ਸੀ ਕਿ ਨਮੋਸ਼ੀ ਦੇ ਦਿਓ। ਸੋ ਲੰਬੀ ਨੂੰ ਲੈ ਕੇ ਇਹ ਨੀ ਹੈ ਕਿ ਲੰਬੀ ਨੇ ਚਲੋ ਜੀ ਇੱਕ ਲੀਡ ਕੱਢ ਦਿੱਤੀ ਤੇ ਸੀਟ ਨਿਕਲ ਗਈ, ਇਹ ਨੀ ਹੈ। ਇਹ ਇਸ ਗੱਲ ਤੋਂ ਸੰਤੁਸ਼ਟ ਨਹੀਂ ਹੋ ਰਹੇ ਕਿ ਲੰਬੀ ਤੋਂ ਸਾਨੂੰ 16,000 ਦੀ ਲੀਡ ਮਿਲੀ ਹੈ। ਇਸ ਗੱਲ ਨੂੰ ਲੈ ਕੇ ਗੁੱਸਾ, ਇਸ ਗੱਲ ਨੂੰ ਲੈ ਕੇ ਮੰਥਨ ਹੋ ਰਿਹਾ ਕਿ ਹਾਂ ਭਾਈ ਇਹ ਲੀਡ ਟੁੱਟੀ ਤੇ ਟੁੱਟੀ ਕਿਉਂ? ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਚਰਚਾ ਚੱਲਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਆਪਣੀ ਪਾਰੀ ਖੇਡ ਚੁੱਕੇ ਆ, ਹੁਣ ਵਾਰੀ ਇਹ ਤੋਂ ਲੰਬੀ ਚੋਂ ਸੁਖਬੀਰ ਸਿੰਘ ਬਾਦਲ ਦੀ ਆ, ਤੇ ਇਸ ਕਰਕੇ ਚਿੰਤਾ ਜ਼ਿਆਦਾ ਵੱਧ ਜਾਂਦੀ ਆ ਤੇ ਆਉਣ ਵਾਲੇ ਸਮੇਂ 'ਚ ਫਿਰ ਦੁਸ਼ਵਾਰੀਆਂ ਵੱਧ ਜਾਂਦੀਆਂ। ਜੀ ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਰਣਿੰਦਰ ਸਿੰਘ ਵੀ ਉੱਤੇ ਆ ਰਿਹਾ, ਜਾ ਸਕਦਾ ਹੈ ਹੁਣ ਮੈਦਾਨ ਦੇ ਵਿੱਚ? ਹਾਂਜੀ, ਰਣਿੰਦਰ ਸਿੰਘ ਬਾਰੇ ਅੱਜ ਮੀਡੀਆ ਦੇ ਵਿੱਚ ਚਰਚਾ ਚੱਲੀ ਆ ਕਿ ਰਣਿੰਦਰ ਸਿੰਘ ਨੂੰ ਰਣ ਦੇ ਅੰਦਰ ਵੇਖਿਆ ਜਾ ਸਕਦਾ, ਯਾਨੀ ਰਣਿੰਦਰ ਰਣ ਅੰਦਰ ਵੇਖਿਆ ਜਾ ਸਕਦਾ। ਵੈਸੇ ਰਣ ਦੇ ਅੰਦਰ ਅੱਗੇ ਦੋ ਵਾਰੀ ਆਇਆ ਪਰ ਦੰਦ ਖੱਟੇ ਕਰਾ ਕੇ ਚਲੇ ਗਿਆ, ਬਠਿੰਡੇ ਦੇ ਵਿੱਚ ਚੋਣ ਹਾਰ ਗਿਆ ਸੀਗਾ ਰਣਿੰਦਰ ਸਿੰਘ, ਫੇਰ ਜਾ ਕੇ ਸਮਾਣੇ ਦੇ ਵਿੱਚ ਖਲੋਤਾ ਸੀਗਾ ਮੈਨੂੰ ਸ਼ੱਕ ਪੈਂਦਾ, ਤੇ ਉੱਥੇ ਵੀ ਹਾਰ ਗਿਆ ਸੀਗਾ ਜੇ ਮੈਂ ਗਲਤ ਨਹੀਂ ਹੈ ਤਾਂ, ਉਦੋਂ ਸ਼ਾਇਦ ਸੁਰਜੀਤ ਸਿੰਘ ਰੱਖੜਾ ਨੇ ਹਰਾਇਆ ਸੀਗਾ। ਤਾਂ ਦੋ ਇਲੈਕਸ਼ਨ ਹਾਰਨ ਤੋਂ ਬਾਅਦ ਫਿਰ ਚਰਚਾ ਗਰਮ ਹੋਇਆ, ਚਰਚਾਵਾਂ ਦਾ ਬਾਜ਼ਾਰ ਹੀ ਗਰਮ ਹੋ ਗਿਆ ਕਿ ਰਣਿੰਦਰ ਸਿੰਘ ਹੈ ਜਿਹੜਾ ਉਸ ਸੀਟ ਤੋਂ ਆ ਕੇ ਜ਼ਿਮਨੀ ਚੋਣ ਲੜ ਸਕਦਾ ਜਿੱਥੋਂ ਨਾਜਰ ਸਿੰਘ ਮਾਨਸ਼ਰੀਆ ਸ਼ੜੱਪਾ ਮਾਰ ਕੇ ਇਹਨਾਂ 'ਚ ਜਾ ਬੈਠਾ ਸੀਗਾ। ਤੇ ਇੱਥੇ ਜਿਹੜੇ ਆਗੂ ਆ, ਲੋਕਲ ਆਗੂ ਆ, ਉਹ ਵੀ ਕਹਿੰਦੇ ਆ ਕਿ ਜੇ ਪਾਰਟੀ ਫੈਸਲਾ ਲਵੇ ਤੇ ਅਸੀਂ ਅੱਗੇ ਲੱਗ ਕੇ ਤੁਰਾਂਗੇ, ਯਾਨੀ ਜਿੱਦਾਂ ਅਜੀਤਿੰਦਰ ਸਿੰਘ ਮੋਹਰ ਵਰਗੇ ਆਗੂ ਆ ਉਹ ਇਸ ਚੀਜ਼ ਨੂੰ ਸਹਿਮਤੀ ਦਿੰਦੇ ਆ। ਹਾਲਾਂਕਿ ਅਜੀਤਿੰਦਰ ਸਿੰਘ ਮੋਹਰ ਆ ਜਿਹੜਾ ਉਹ ਆਪ ਵੀ ਕਿਤੇ ਨਾ ਕਿਤੇ ਲਾਈਨ ਦੇ ਵਿੱਚ ਹੈ, ਪਰ ਫਿਰ ਵੀ ਜੇ ਰਣਿੰਦਰ ਸਿੰਘ ਦਾ ਨਾਮ ਆਉਂਦਾ ਤੇ ਉਹ ਕਹਿੰਦੇ ਕਿ ਠੀਕ ਹੈ ਜੇ ਪਾਰਟੀ ਇਹਨਾਂ ਨੂੰ ਅੱਗੇ ਤੋਰਦੀ ਹੈ ਤਾਂ ਅਸੀਂ ਇਹਨਾਂ ਦੇ ਅੱਗੇ ਲੱਗਾਂਗੇ। ਤਾਂ ਦੂਜੀ ਚੀਜ਼ ਇਹ ਆ ਕਿ ਨਾਜਰ ਸਿੰਘ ਮਾਨਸਾਹੀਆ ਵੀ ਟੁੱਟੇ ਜੇ ਦਿਲ ਨਾਲ ਕਹਿੰਦੇ ਕਿ ਕੋਈ ਗੱਲ ਨੀ ਆਪਾਂ ਵੀ ਸਵਾਗਤ ਕਰਦੇ ਹਾਂ ਜੇ ਪਾਰਟੀ ਇਸ ਤਰ੍ਹਾਂ ਦਾ ਫੈਸਲਾ ਲੈਂਦੀ ਆ, ਪਰ ਉਹਨਾਂ ਦੇ ਚਿਹਰੇ ਤੇ ਤੁਹਾਨੂੰ ਪਤਾ ਹੀ ਆ ਕਿ ਪ੍ਰਿਯੰਕਾ ਗਾਂਧੀ ਵਾਲੀ ਰੈਲੀ ਦੇ ਵਿੱਚ ਰੌਣਕ ਗਾਇਬ ਸੀਗੀ। ਤਾਂ ਖੈਰ ਰਣਿੰਦਰ ਸਿੰਘ ਇੱਥੇ ਆਉਂਦੇ ਆ ਜਾਂ ਨਹੀਂ ਆਉਂਦੇ ਪਤਾ ਨੀ ਇਸ ਗੱਲ ਦਾ, ਪਰ ਜੇ ਰਣਿੰਦਰ ਸਿੰਘ ਇਸ ਮੈਦਾਨ ਚ ਆ ਜਾਂਦਾ ਤਾਂ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਤੇ ਆਪਣੇ ਜੀ ਤੇ ਫਿਰ ਸਾਰੇ ਚਲੇ ਗਏ ਆ, ਹੁਣ ਆਸੇ ਪਾਸੇ ਗੁਆਂਢੀਆਂ ਦੀ ਬਣਾਉਣੇ ਪੈਣਗੇ ਜੇ ਕਿਤੇ ਅਸੈਂਬਲੀ ਚ ਕੋਈ ਘੱਲਣਾ ਜਾਂ ਹੋਰ ਘੱਲਣਾ, ਤਾਂ ਕੁੱਲ ਮਿਲਾ ਕੇ ਆਪਦਾ ਪਰਿਵਾਰ ਤੇ ਇਹਨਾਂ ਦਾ ਸੈੱਟ ਹੋ ਚੁੱਕਾ ਹੋਊਗਾ ਜੇ ਰਣਿੰਦਰ ਸਿੰਘ ਵੀ ਜਿੱਤ ਗਿਆ। ਜੀ ਜੀ, ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ਕਮੇਟੀ ਮੈਂਬਰ ਨਵਤੇਜ ਸਿੰਘ ਕੌਣੀ ਨੇ ਫਿਰ ਸਹੇੜਿਆ ਹੈ ਵਿਵਾਦ। ਇਹ ਨਵਤੇਜ ਸਿੰਘ ਕੌਣੀ ਆ ਨਾ ਜਿਹੜਾ, ਇਹ ਉਹ ਸ਼ਖਸ ਆ ਜਿਹਨੇ ਪ੍ਰੇਮੀਆਂ ਦੇ ਖਿਲਾਫ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀਗਾ ਪਹਿਲਾਂ ਸਭ ਤੋਂ ਉਹਦੀ ਅਵਗਿਆ ਕੀਤੀ ਸੀ, ਯਾਨੀ SCPC ਮੈਂਬਰ ਨੇ ਉਹ ਹੁਕਮਨਾਮਾ ਤੋੜਿਆ ਸੀਗਾ ਸਭ ਤੋਂ ਪਹਿਲਾਂ, ਤੇ ਇਹ ਉਹਨਾਂ ਦੀ ਉਹ ਜਿਹੜੀ ਨਾਮ ਚਰਚਾ ਹੁੰਦੀ ਆ ਉਹਦੇ ਚ ਚਲੇ ਗਿਆ, ਉਹ ਕਿਸੇ ਨੇ ਫੋਟੋਆਂ ਫਾਟਵਾਂ ਘੱਲ ਕੇ ਤੇ ਫਿਰ ਰੌਲਾ ਪਾ ਲਿਆ, ਫਿਰ ਇਹਨੂੰ ਤਲਬ ਵੀ ਕੀਤਾ ਗਿਆ ਸੀ, ਮੇਰੇ ਖਿਆਲ ਦੇ ਨਾਲ ਤਨਖਾਹ ਵੀ ਲੱਗੀ ਸੀ ਨਵਤੇਜ ਸਿੰਘ ਕੌਣੀ ਨੂੰ। ਇੱਕ ਵਾਰੀ ਉਦੋਂ ਵੀ ਚਰਚਾ ਚ ਆਇਆ ਸੀਗਾ ਇਹ ਜਥੇਦਾਰ ਜਦੋਂ ਇਹਦਾ ਮੀਟਰ ਹੀ ਚੋਰੀ ਹੋ ਗਿਆ ਬਿਜਲੀ ਵਾਲਾ, ਲੋਕੀ ਲੱਭਦੇ ਫਿਰਦੇ ਗਏ ਕਿ ਜਥੇਦਾਰ ਦਾ ਬਿਜਲੀ ਵਾਲਾ ਮੀਟਰ ਹੀ ਕੋਈ ਲੈ ਗਿਆ, ਹੁਣ ਕਿਉਂ ਲੈ ਗਿਆ ਕੀ ਜ਼ਰੂਰਤ ਹੋ ਗਈ, ਕਿਉਂਕਿ ਦੱਸਦੇ ਕਿ ਉਹਦੇ ਤੇ ਬਿੱਲ ਵੀ ਬੜਾ ਭਾਰਾ ਸੀ। ਸੋਚਣ ਵਾਲੀ ਗੱਲ ਆ ਕਿ ਅਗਲਾ ਕਿਸੇ ਦਾ ਕਰਜ਼ਾ ਚੱਕ ਕੇ ਭੱਜ ਗਿਆ ਰਾਤ ਨੂੰ ਚੋਰੀ ਕਰਕੇ, ਬੜੀ ਅਜੀਬੋ ਗਰੀਬ ਦੀ ਗੱਲ ਸੀਗੀ। ਤਾਂ ਹੁਣ ਐਤਕੀ ਕੀ ਕੀਤਾ ਇਹ ਜਥੇਦਾਰ ਦੇ ਫੇਸਬੁੱਕ ਤੇ ਉਹ ਜਿਵੇਂ ਆਂਡੇ ਦੇ ਤੇਲ ਵਿੱਚ ਨਾਲੇ ਮਸ਼ਹੂਰੀ ਕਰਦੇ ਅਵੈਧ ਬੁੱਧ, ਉਤਨਾ ਹੀ ਮਸ਼ਹੂਰੀ ਚੱਲ ਪਈ ਇੱਕ ਕਿ ਆਹ ਸ਼ਕਤੀ ਵਧਾਊ ਦਵਾਈ ਆ, ਆਹ ਇਸਤੇਮਾਲ ਕਰੋ, ਪ੍ਰੇਮ ਪਿਆਰ ਦੇ ਸੰਬੰਧ ਜਿਹੜੇ ਆ ਮਿੱਠੇ ਮਧੁਰ ਹੁੰਦੇ ਆ, ਏਦਾਂ ਕਰ ਲਓ, ਓਦਾਂ ਕਰ ਲਓ, ਫਲਾਂ ਕਰ ਲਓ, ਮਰਦਾਨਾ ਕਮਜ਼ੋਰੀ ਇਸ ਤਰ੍ਹਾਂ ਦੂਰ ਹੁੰਦੀ ਆ, ਯਾਨੀ ਉੱਥੇ ਫੇਸਬੁੱਕ ਤੇ ਪੋਸਟਾਂ ਏਦਾਂ ਦੀਆਂ ਪਾਈਆਂ ਗਈਆਂ, ਔਰ ਉਸ ਤੋਂ ਬਾਅਦ ਗੁਰਬਾਣੀ ਦੀਆਂ ਤੁਕਾਂ ਵੀ ਜਿਹੜੀਆਂ ਵਿੱਚ ਐਡ ਕੀਤੀਆਂ ਗਈਆਂ ਇਹਨਾਂ ਦੇ ਫੇਸਬੁੱਕ ਅਕਾਊਂਟ ਤੋਂ। ਹਾਲਾਂਕਿ ਜਦੋਂ ਫਿਰ ਪੱਤਰਕਾਰਾਂ ਨੇ ਵੇਖ ਕੇ ਤੇ ਫੋਨ ਸ਼ੁਰੂ ਕਰ ਦਿੱਤੇ ਕਿ ਹਾਂਜੀ ਇਹ ਕੀ ਤੁਸੀਂ ਕੰਮ ਕਾਰ ਸ਼ੁਰੂ ਕਰ ਦਿੱਤਾ, ਤੇ ਇਹ ਜਥੇਦਾਰ ਮੁੱਕਰ ਗਿਆ, ਕਹਿੰਦਾ ਕਿ ਜੀ ਮੈਂ ਤੇ ਲੜਕੇ ਨੂੰ ਕਿਹਾ ਸੀਗਾ ਕਿ ਤੂੰ ਗੁਰਬਾਣੀ ਉੱਥੇ ਪਾ ਫੇਸਬੁੱਕ ਤੇ, ਉਹਨੇ ਕੁਛ ਹੋਰ ਹੀ ਕਰ ਦਿੱਤਾ ਤੇ ਮੈਂ ਤੇ ਇਹਦੇ ਲਈ ਜ਼ਿੰਮੇਵਾਰ ਨਹੀਂ ਹਾਂ। ਹਾਲਾਂਕਿ ਉਹ ਚੀਜ਼ਾਂ ਰਿਮੂਵ ਕਰ ਦਿੱਤੀਆਂ ਸੀ, ਪਰ ਇੱਕ ਵਰਸ਼ਨ ਦੇ ਵਿੱਚ ਇੱਕ ਅਖਬਾਰ ਨੇ ਤੇ ਇਹ ਲਿਖਿਆ ਕਿ ਇਹ ਕਹਿੰਦੇ ਸੀ ਕਿ ਮੈਂ ਤੇ ਡਾਊਨਲੋਡਿੰਗ ਕਿਹਾ ਸੀਗਾ ਮੁੰਡੇ ਨੂੰ, ਉਹਨੂੰ ਭੁਲੇਖਾ ਪੈ ਗਿਆ, ਡਾਊਨ ਦੀ ਥਾਂ ਤੇ ਉਹਨੇ ਅਪ ਚੱਕ ਲਿਆ, ਯਾਨੀ ਅਪਲੋਡਿੰਗ ਕਰ ਦਿੱਤੀ ਆ।
ਸੋ ਇਸ ਤਰ੍ਹਾਂ ਦਾ ਵਰਸ਼ਨ ਵੀ ਪੜ੍ਹਨ ਨੂੰ ਮਿਲਿਆ। ਜੋ ਵੀ ਆ, ਕਾਫੀ ਨਮੋਸ਼ੀ ਹੋਈ ਇਸ ਮਾਮਲੇ ਦੇ ਵਿੱਚ। ਇੱਕ ਵਾਰੀ ਫੇਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਹੋ ਸਕਦਾ ਕਿ ਅਕਾਲ ਤਖ਼ਤ ਦੇ ਜਥੇਦਾਰ ਦੇ ਨੋਟਸ ਦੇ ਵਿੱਚ ਚਲਾ ਜਾਵੇ। ਜੀ 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 ਮਿੰਟੂ ਜੀ, ਜਿੱਤ ਕੇ ਆਏ ਨੇ ਭਾਜਪਾ ਵਾਲੇ, ਅਤੇ ਉਹ ਅਗਲੇ ਦੂਜੇ ਤੀਜੇ ਦਿਨ ਦੇ ਵਿੱਚ ਹੀ ਇੱਕ ਜਿਹੜਾ ਮੁਸਲਮਾਨ ਜਿਹੜਾ ਨਮਾਜ਼ ਕਰਕੇ ਵਾਪਸ ਆ ਰਿਹਾ ਸੀ ਉਸਨੂੰ ਕੁੱਟਿਆ ਗਿਆ, ਅਤੇ ਜੈ ਸ਼੍ਰੀ ਰਾਮ ਦੇ ਨਾਰੇ ਲਵਾਏ ਗਏ। ਦੇਖੋ, ਦੋ ਘਟਨਾਵਾਂ ਵਾਪਰੀਆਂ ਨੇ ਇਹਨਾਂ 24 ਘੰਟਿਆਂ ਦੇ ਵਿੱਚ। ਇੱਕ ਤੇ ਆਦਿਵਾਸੀ ਮੁਸਲਿਮ ਕੁੜੀ ਸੀਗੀ ਜਿਹੜੀ, ਉਹ ਸੁਸਾਈਡ ਕਰ ਜਾਂਦੀ ਆ, ਇਸ ਕਰਕੇ ਕਿਉਂਕਿ ਉਹਨੂੰ ਹਰਾਸਮੈਂਟ ਬਹੁਤ ਜ਼ਿਆਦਾ ਦਿੱਤੀ ਜਾ ਰਹੀ ਸੀ। ਸੋ ਇੱਕ ਬੜੀ ਵੱਡੀ ਘਟਨਾ ਵਾਪਰੀ ਆ। ਔਰ ਜਿੱਦਾਂ ਰੋਹਿਤ ਰੋਮਿਲ ਕਾਂਡ ਸੀਗਾ, ਪਹਿਲਾਂ ਦਬਾਇਆ ਗਿਆ ਸੀਗਾ, ਬਾਅਦ ਦੇ ਵਿੱਚ ਫਿਰ ਬਹੁਤ ਜ਼ਿਆਦਾ ਹਾਈਲਾਈਟ ਹੋਇਆ, ਹਾਈ ਪ੍ਰੋਫਾਈਲ ਬਣ ਗਿਆ ਸੀਗਾ ਮਾਮਲਾ। ਤਾਂ ਉਸੇ ਤਰ੍ਹਾਂ ਹੀ ਇਹ ਵੀ ਮਾਮਲਾ ਜਿਹੜਾ ਦਬਾਇਆ ਜੇ ਜਾ ਰਿਹਾ, ਕਿਉਂ ਨੀ ਮੀਡੀਆ ਦੇ ਵਿੱਚ ਆ ਰਿਹਾ ਸਮਝ ਤੋਂ ਪਰੇ ਆ। ਔਰ ਦੂਜੀ ਜਿਹੜੀ ਹਾਂ ਗੱਲ ਤੁਸੀਂ ਕਹੀ ਆ, ਇਹ ਘਟਨਾ ਵਾਪਰੀ ਆ ਗੁਰੂਗ੍ਰਾਮ ਦੇ ਵਿੱਚ, ਜਿਹਨੂੰ ਗੁੜਗਾਓਂ ਕਹਿ ਦਿੰਦੇ ਆਪਾਂ, ਉੱਥੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮੌਬ ਲਿੰਚਿੰਗ ਅੱਗੇ ਵੀ ਆਪਾਂ ਕਿਹਾ ਕਿ ਸ਼ੁਰੂ ਹੋ ਚੁੱਕੀ ਹੈ, ਇੰਟਰਨੈਸ਼ਨਲ ਮੀਡੀਆ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਫਿਰਕਾ ਪ੍ਰਸਤੀ ਵਧੂਗੀ। ਤਾਂ ਮੇਰੇ ਖਿਆਲ ਦੇ ਨਾਲ ਸਰਕਾਰ ਨੇ ਹਾਲੇ ਹਲਫ ਚੱਕਣਾ, ਉਸ ਤੋਂ ਬਾਅਦ ਚਲੋ ਕੰਮ ਕਾਰ ਸ਼ੁਰੂ ਕਰੂਗੇ, ਪਰ ਇਹਨਾਂ ਨੂੰ ਇਹਨਾਂ ਚੀਜ਼ਾਂ ਤੇ ਹੁਣੇ ਨਕੇਲ ਕੱਸ ਲੈਣੀ ਚਾਹੀਦੀ ਆ, ਕਿਉਂਕਿ ਮਸਲਾ ਇਕੱਲਾ ਸਾਡਾ ਇੱਥੋਂ ਦਾ ਲੋਕਲ ਹੀ ਨਹੀਂ ਰਹਿੰਦਾ, ਸਾਡਾ ਇੰਟਰਨਲ ਹੀ ਨਹੀਂ ਰਹਿੰਦਾ, ਇੰਟਰਨੈਸ਼ਨਲ ਲੈਵਲ ਤੇ ਜਿਸ ਤਰ੍ਹਾਂ ਦੀ ਛਵੀ ਬਣ ਚੁੱਕੀ ਆ, ਜਿਸ ਤਰ੍ਹਾਂ ਬਣਨ ਦੀ ਸੰਭਾਵਨਾ, ਉਹਦੇ ਨਾਲ ਮੇਰੇ ਖਿਆਲ ਦੇ ਨਾਲ ਫਾਇਦਾ ਨਹੀਂ ਹੋਣ ਵਾਲਾ। ਤਾਂ ਨਰਿੰਦਰ ਮੋਦੀ ਨੂੰ ਇਹ ਸੋਚਣਾ ਪਊਗਾ ਕਿ ਜੇ ਉਹਨੇ ਗਲੋਬਲ ਲੀਡਰ ਬਣਨਾ ਵਾਕਿਆ, ਹਾਲਾਂਕਿ ਉਹ ਫੀਲਿੰਗ ਤੇ ਲੈਂਦਾ ਵਾ, ਬਹੁਤ ਚਰੋਕੀ ਫੀਲਿੰਗ ਲੈਂਦਾ, ਜੇ ਸੱਚਮੁੱਚ ਗਲੋਬਲ ਲੀਡਰ ਬਣਨਾ ਜਿੱਦਾਂ ਦੀ ਉਹਨਾਂ ਦੀ ਚਾਹਨਾ ਹੈ, ਮਨਸ਼ਾ ਹੈ, ਉਹ ਮੰਨਣ ਜਾਂ ਨਾ ਮੰਨਣ, ਪਰ ਉਹ ਲੱਗਦਾ। ਤਾਂ ਜੇ ਉਹਨਾਂ ਨੇ ਵਾਕਈ ਸੱਚਮੁੱਚ ਬਣਨਾ, ਤਾਂ ਫਿਰ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਦੇ ਖਿਲਾਫ਼ ਉੱਠਣਾ ਪਊਗਾ। ਇਹ ਨਹੀਂ ਹੈ ਕਿ ਬਿਆਨ ਦੇ ਦਿੱਤਾ ਉਦੋਂ ਬਿਆਨ ਦੇ ਦਿੱਤਾ ਜਦੋਂ ਪਾਣੀ ਨੱਕ ਤੋਂ ਲੰਘ ਜਾਵੇ, ਤਾਂ ਇਹਨਾਂ ਚੀਜ਼ਾਂ ਤੇ ਉੱਠਣਾ ਪਊਗਾ। ਕੱਲ ਨੂੰ ਇੱਥੇ ਹੋਰ ਸਟ੍ਰੈਸ ਜ਼ਿਆਦਾ ਵਧੇ, ਫਿਰਕਾ ਪ੍ਰਸਤੀ ਵਧੇ, ਆਪਸੀ ਬਫੇੜ ਜ਼ਿਆਦਾ ਵਧੇ, ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਇਹ ਚੀਜ਼ਾਂ ਰੋਕਣੀਆਂ ਪੈਣਗੀਆਂ। ਨਹੀਂ ਤਾਂ ਫਿਰ ਇਹ ਅੱਗ ਜਿਹੜੀ ਆ ਉਹ ਅਗਾਂਹ ਦੀ ਅਗਾਂਹ ਵਧੂਗੀ। ਜਦੋਂ ਅੱਗ ਲੱਗਦੀ ਆ ਤਾਂ ਤੁਹਾਨੂੰ ਪਤਾ ਹੀ ਆ ਕਿ ਉਹਦੇ ਵਿੱਚ ਕਿੰਨੇ ਘਰ ਜਲਦੇ, ਕਿੰਨੀਆਂ ਜਾਨਾਂ ਦਾ ਨੁਕਸਾਨ ਹੁੰਦਾ ਵਾ। ਜੀ ਜੀ ਬਿਲਕੁਲ, ਅਤੇ ਦੇਖਦੇ ਹਾਂ ਉੱਥੇ ਕੀ ਬਣਦਾ। ਉਮੀਦ ਆਸ ਇਹੀ ਕਰਦੇ ਹਾਂ ਵੀ ਭਾਈ ਇੱਦਾਂ ਦੀ ਨੌਬਤ ਨਾ ਹੀ ਆਵੇ, ਪਰ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਪਿਛਲੇ 5 ਸਾਲਾਂ 'ਚ ਵੀ ਇੱਦਾਂ ਦੀਆਂ ਬਹੁਤ ਘਟਨਾਵਾਂ ਹੋਈਆਂ, ਅਤੇ ਸ਼ਾਇਦ ਨਾ ਹੀ ਜਿਹੜੀਆਂ ਇਹ ਘਟਣ, ਪਰ ਇਹੀ ਅਰਦਾਸ ਕਰਦੇ ਹਾਂ ਵੀ ਭਾਈ ਇੱਦਾਂ ਦਾ ਕੰਮ ਨਾ ਹੀ ਹੋਵੇ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸੁਣ ਰਹੇ ਹੋ ਪੰਜਾਬੀ।